ਕਿਵੇਂ ਹੋ? ਠੀਕ ਠਾਕ? ਵਧੀਆ। ਚੜ੍ਹਦੀ ਕਲਾ ਜੀ ਸੁਣਾਓ। ਅਸੀਂ ਚੜ੍ਹਦੀ ਕਲਾ ਦਾ ਜ਼ਿਕਰ ਕੀਤਾ ਅਤੇ ਚੜ੍ਹਦੀ ਕਲਾ ਜਿਹੜੀ ਹੈਗੀ ਸ਼ਬਦ ਦੇਖਦੇ ਹਾਂ ਵੀ ਮੇਰੇ ਵਰਗਾ ਚੜ੍ਹਦੀ ਕਲਾ ਕਹਿੰਦਾ ਤਾਂ ਕਹਿੰਦੇ ਵੀ ਬਾਜੀ ਵਾ ਪੰਜਾਬੀ ਬੰਦਾ, ਤੁਹਾਡੀ ਲੁਕਸ ਨੂੰ ਦੇਖ ਕੇ ਕਹਿਣ ਕਿ ਵੀ ਇਹ ਤਾਂ ਬੰਦਾ ਬੰਬੇ ਤੋਂ ਆਇਆ ਲੱਗਦਾ ਵੀ ਸ਼ਬਦ ਹੀ ਤਾਂ ਚੜ੍ਹਦੀ ਕਲਾ ਵਾਲੇ ਬੋਲ ਪੰਜਾਬੀ ਰਿਹਾ। ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜਾ ਸਰਦਾਰ ਆ ਨਾ ਦਾੜਾ, ਪ੍ਰਕਾਸ਼ ਦਾੜਾ, ਅਤੇ ਜਦੋਂ ਪੱਗ ਬੰਨੀ ਆ ਜਦੋਂ ਉਹ ਹੱਸਦਾ ਹੈ ਕਿ ਉਹ ਗੁੱਸੇ 'ਚ ਆ, ਤੁਸੀਂ ਜੱਜ ਨਹੀਂ ਕਰ ਸਕਦੇ ਉਹਨੂੰ, ਸਰਦਾਰ ਬੰਦੇ ਨੂੰ ਤੁਸੀਂ ਦੱਸ ਨਹੀਂ ਸਕਦੇ ਉਹ ਕੀ ਆ, ਕਿਸ ਮਾਹੌਲ 'ਚ ਫਿਰਦਾ। ਮੂਹਰੇ ਹੀਰੋ ਜਾਂਦਾ ਪਿਆ ਆ ਅਤੇ ਪਿੱਛੇ ਸਿਗਟਾਂ, ਮੇਰੀ ਫਿਲਮਾਂ ਦੇ ਵਿੱਚ ਕਦੀ ਨਹੀਂ ਹੋਊਗਾ ਜੀ, ਮਤਲਬ ਸਰਦਾਰ ਪਿੱਛੇ ਨਹੀਂ ਹੋਣ ਮੇਰੇ, ਮੈਂ ਜਦੋਂ ਵੀ ਫਿਲਮ ਸ਼ੂਟ ਕਰਦਾ ਨਾ ਮੈਂ ਬਰਾਬਰ ਖੜਾਉਣਾ, ਸਰਦਾਰ ਵੀ ਹੋਊਗਾ, ਮਿਆਰ ਵੀ ਹੋਊਗਾ, ਸਾਰਾ ਕੁਛ ਜੀ। ਹੇ ਜੈਂਟਲਮੈਨ, ਯੂ ਹੈ ਕਮ ਫਰੋਮ ਵਿਚ ਕੰਟਰੀ? ਮੈਂ ਕਿਹਾ ਪਿੰਡ ਨਡਾਲੋਂ, ਜ਼ਿਲ੍ਹਾ ਸ਼ੇਰਪੁਰ, ਤਹਿਸੀਲ ਕਟ ਸਿੰਘ, ਬਲੋਕ ਮਾਲਪੁਰ, ਨੇੜੇ ਗੁਰਦੁਆਰਾ ਸੰਤ ਬਾਬਾ ਨਿਧਾਨ ਸਿੰਘ ਜੀ। ਉਹ ਕਹਿੰਦਾ ਹੈ ਤੂੰ ਪੰਜਾਬੀ ਆ? ਬਾਲ ਕਟਾ ਕੇ ਨੌਜਵਾਨ ਉਹ ਜਾਂਦੇ ਆ ਬਾਹਰ ਦੀ ਦੁਨੀਆ 'ਚ ਵਸਣਾ ਚਾਹੁੰਦੇ ਆ, ਬਾਹਰ ਦੀ ਚੀਜ਼ਾਂ ਨੂੰ ਅਟਰੈਕਟ ਕਰਦੀਆਂ, ਤੁਸੀਂ ਸਾਰਾ ਕੁਝ ਕਰਕੇ ਫਿਰ ਤੁਸੀਂ ਕਹਿੰਦੇ ਵੀ ਪੰਜਾਬੀਅਤ ਮੈਨੂੰ ਖਿੱਚਦੀ ਆ? ਮੈਂ ਉਹ ਨਹੀਂ ਹੈਗਾ ਕਿ ਆਪਣੀਆਂ ਜੜ੍ਹਾਂ ਵੱਢ ਦੇਵਾਂ, ਮੈਂ ਆਪਣੀ ਜੜ੍ਹਾਂ ਨੂੰ ਹੋਰ ਫੈਲਾਉਣਾ ਚਾਹੁੰਦਾ। ਚਲੋ ਆਹ ਤਾਂ ਫਿਲਮ ਮੇਰੀ ਇਸ ਲੁੱਕ ਦੇ ਹਿਸਾਬ ਦੀ ਆ, ਪਰ ਜਿਹੜੀਆਂ ਮੇਰੀਆਂ ਫਿਲਮਾਂ ਆਪਣੀਆਂ ਲਿਖੀਆਂ ਹੋਈਆਂ ਆ, ਜਦੋਂ ਜਿਹੜੀ ਇਹ ਫਿਲਮ ਆ ਮੇਰੇ ਦੋਸਤ ਆ ਉਹਦੀ ਡਾਇਰੈਕਟ ਕੀਤੀ ਹੋਈ, ਉਹਦੀ ਲਿਖੀ ਹੋਈ ਆ, ਜਿਵੇਂ ਜਿਹੜੀਆਂ ਮੇਰੀਆਂ ਫਿਲਮਾਂ ਉਹਨਾਂ ਫਿਲਮਾਂ 'ਚ ਸਾਰੇ 'ਚ ਮੈਂ ਸਿੱਖ ਲੁੱਕ 'ਚ ਆ। ਕਿਸ ਤਰ੍ਹਾਂ ਦਾ ਧੱਕਾ ਤੁਹਾਡੇ ਨਾਲ ਹੋ ਰਿਹਾ? ਧੱਕਾ ਹਿੰਦੀ ਮੀਡੀਆ, ਜਿਵੇਂ ਲੀਡਰਾਂ 'ਚ ਮਾਫੀਆ ਚੱਲਦਾ ਯਾਰ, ਉਵੇਂ ਇੱਥੇ ਚੱਲ ਰਿਹਾ ਸਿਨੇਮੇ 'ਚ, ਤਕੜੇ ਬੰਦੇ ਧੱਕਾ ਕਰਦੇ ਹੀ ਆ, ਪ੍ਰੋਡਿਊਸਰ ਡਾਇਰੈਕਟਰਾਂ ਨਾਲ ਰਲ ਕੇ ਸਾਰੇ ਬੰਦੇ ਨੂੰ ਇਹ ਲੱਗਿਆ ਰਹਿੰਦਾ ਵੀ ਨਵਾਂ ਨਾ ਬੰਦਾ ਕੋਈ ਉੱਠ ਖੜੇ। ਪਤਾ ਵੀ ਜਦੋਂ ਦਾ ਇਹਦੇ ਹੱਥ 'ਚ ਕੈਮਰਾ ਆਇਆ, ਕੈਮਰਾ ਫੜ ਕੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਚੀਜ਼ਾਂ ਪੰਜਾਬ ਦੀਆਂ ਦਿਖਾਈਆਂ, ਜੋ ਫੁਟੇਜ ਦਿਖਾਈ, ਜੋ ਚੀਜ਼ਾਂ ਨੇ ਦਿਖਾਈਆਂ, ਕਿਸੇ ਨੇ ਨਹੀਂ ਦਿਖਾਈਆਂ। ਉਹ ਕਹਿੰਦੇ ਅਸੀਂ ਹਿੰਦੀ ਵਾਲਿਆਂ ਨੂੰ, ਅਸੀਂ ਉਹਨਾਂ ਨੂੰ ਅਸੀਂ ਪਹਿਲਾਂ ਪ੍ਰਮੋਟ ਕਰਾਂਗੇ, ਪੰਜਾਬ ਵਾਲਿਆਂ ਨੂੰ ਨਹੀਂ ਪੁੱਛਦੇ। ਉਹ ਸੈਂਸਰ ਵਾਲੇ ਆਏ ਬਾਹਰ ਫਿਲਮ ਦੇਖ ਕੇ, ਉਹ ਹਿੰਦੀ ਵਾਲੇ ਸੀ ਕਿਉਂਕਿ ਉਹਨਾਂ ਦੇ ਨਾਲ ਇੱਕ ਪੰਜਾਬੀ ਵਾਲਾ ਮੀਡੀਅਮ ਬੜਾ ਹੁੰਦਾ ਹੈ ਕਿ ਉਹਨਾਂ ਨੂੰ ਸਮਝਾਉਣ ਵੀ ਇਹਦਾ ਮਤਲਬ ਕੀ ਹੁੰਦਾ, ਜਦੋਂ ਉੱਥੇ ਸੇ ਜੇ ਦੂਜੇ ਹਿੰਦੀ ਸਮਝਣ ਵਾਲੇ ਉਹਨਾਂ ਕੋਈ ਬੰਦਾ ਨਰੇਟਰ ਹੁੰਦਾ ਹੈ ਨਾਲ ਪੰਜਾਬੀ ਦਾ, ਉਹਨਾਂ ਨੇ ਵੀ ਮੈਨੂੰ ਕਿਹਾ ਤੇਰੀ ਫਿਲਮ ਬਹੁਤ ਸੋਹਣੀ ਆ, ਬਹੁਤ 10 ਸਾਲਾਂ ਬਾਅਦ ਅਸੀਂ ਇਹੋ ਜਿਹੀ ਕੋਈ ਫਿਲਮ ਦੇਖੀ ਆ ਜਿਹਦੇ ਵਿੱਚ ਕੁਝ ਵੀ ਨਹੀਂ ਸੀਗਾ ਸਾਨੂੰ ਕੱਟਣ ਵਾਲੀ। ਉਹਨਾਂ ਨੇ ਸਾਨੂੰ ਪਹਿਲਾ ਸਵਾਲ ਕੀਤਾ ਜਿਹੜਾ ਉੱਥੇ ਦਾ ਹੈੱਡ ਸੀਗਾ, ਕਹਿੰਦਾ ਤੁਸੀਂ UA ਅਪਲਾਈ ਕਿਉਂ ਕੀਤਾ? ਮੈਂ ਕਿਹਾ ਜੀ ਸਾਨੂੰ ਤਾਂ ਸਾਡੇ ਜਿਹੜਾ ਕੰਸਲਟੈਂਟ ਆ ਸਾਡਾ ਸੈਂਸਲ, ਉਹਨੇ ਕਿਹਾ ਸੀਗਾ ਕਹਿੰਦਾ ਅਸੀਂ ਤੁਹਾਨੂੰ ਯੂ ਦਿੰਦੇ ਹਾਂ ਸਰਟੀਫਿਕੇਟ। ਜਿਨ੍ਹਾਂ ਨੇ ਪਾਸ ਕਰਨੀ ਆ ਉਹਨਾਂ ਨੇ ਤਾਂ ਕਮਾਈ ਕਰਨੀ ਹੈ ਨਾ ਥੀਏਟਰ ਵਾਲਿਆਂ ਨੇ, ਅਤੇ ਜਦੋਂ ਜਿਹੜੀ ਫਿਲਮ ਨੂੰ ਯੂ ਮਿਲ ਗਿਆ ਫਿਰ ਉਹਨਾਂ ਨਾਲ ਧੱਕਾ ਕਿਵੇਂ? ਉਹ ਤਾਂ ਸਗੋਂ ਵੈਲਕਮ ਕਰਨਗੇ ਵੀ ਹਾਂ ਸਾਨੂੰ ਤਾਂ ਕਮਾਈ ਦਾ ਸਾਧਨ ਮਿਲ ਗਿਆ, ਫਿਰ ਉਹ ਧੱਕਾ ਕਿਵੇਂ? ਉਹ ਕਲਾ ਵਾਲੀ ਆ ਮੁੰਡੇ 'ਚ, ਆਉਣ ਵਾਲੇ ਟਾਈਮ 'ਚ ਵੀ ਸਾਨੂੰ ਖੁੰਝੇ ਨਾ ਲਾ ਦੇ, ਉਹ ਗੱਲਾਂ ਨਹੀਂ ਸੋਚਦੇ ਜਿਹੜੇ ਬਿਜ਼ਨਸਮੈਨ ਹੁੰਦੇ ਉਹ ਅਗਲਾ ਭਵਿੱਖ ਦੇਖਦੇ ਹੁੰਦੇ ਆ। ਉਹ ਮੈਨੂੰ ਇਹ ਸਵਾਲ ਕਰਦੇ ਆ ਕਿ ਤੇਰਾ ਪ੍ਰਮੋਸ਼ਨ ਦਾ ਬਜਟ ਕਿੰਨਾ ਆ? ਮੈਂ ਕਿਹਾ ਮੇਰਾ ਪ੍ਰਮੋਸ਼ਨ ਦਾ ਬਜਟ ਤੁਸੀਂ ਕਿਵੇਂ? ਕਹਿੰਦੇ ਇੱਕ ਅਮਾਊਂਟ ਦੱਸੋ, ਅਸੀਂ ਉਹਦੇ ਹਿਸਾਬ ਨਾਲ ਤੇਰੇ ਨਾਲ ਅੱਗੇ ਗੱਲ ਕਰਾਂਗੇ। ਰੰਧਾਵੇ ਹੋਰੀ ਕਹਿੰਦੇ ਵੀ ਅਸੀਂ ਤੁਹਾਡੇ ਪਿੱਛੇ ਖੜੇ ਹਾਂ, ਚਲੋ ਵੈਸੇ ਤਾਂ ਤੁਹਾਨੂੰ ਪਿੱਛੇ ਨਹੀਂ ਅੱਗੇ ਖੜਨਾ ਚਾਹੀਦਾ ਇਹਨਾਂ ਦੇ। ਕੱਲ੍ਹ ਨੂੰ ਤੁਸੀਂ ਫੇਮਸ ਹੋ ਜਾਂਦੇ ਹੋ ਬਾਈ ਬਹੁਤ ਤੁਹਾਡੇ, ਚਲੋ ਪਰਮਾਤਮਾ ਕਰੇ ਤੁਹਾਡੀਆਂ ਵਧੀਆ ਫਿਲਮਾਂ ਆਵੇ ਔਰ ਪੰਜਾਬ ਔਰ ਪੰਜਾਬੀ ਅਤੇ ਪਰਿਵਾਰਕ ਫਿਲਮਾਂ ਹੋਣ, ਤੁਸੀਂ ਬਹੁਤ ਮਸ਼ਹੂਰ ਹੋ ਜਾਂਦੇ ਹੋ, ਸਾਡੇ ਵਰਗਿਆਂ ਦਾ ਕੋਈ ਇੰਟਰਵਿਊ ਨਹੀਂ ਫਿਰ ਦਿੰਦਾ। ਕਹਿੰਦੇ ਬਾਲੀਵੁੱਡ 'ਚ ਰਾਜੇ ਪੰਜਾਬੀ ਕਰਦੇ ਆ ਵੀ ਪੰਜਾਬੀਆਂ ਦਾ ਤਾਂ ਬੋਲਬਾਲਾ, ਕਿਹਾ ਜਾਂਦਾ ਵੀ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ, ਪਾੜ ਕੇ ਸੀਨਾ ਪੱਥਰਾਂ ਦਾ, ਸੀਨਾ ਪਾੜਨ ਨੂੰ ਖੜੇ ਹੋ ਫਿਰ ਨਾਲ? ਉਹ ਕਲਾ ਕਹੀ ਜਾਂਦੇ, ਮੈਂ ਕਹਿੰਦੇ ਕਮਰਸ਼ੀਅਲ ਨਹੀਂ ਤੁਹਾਡੀ ਫਿਲਮ, ਮੈਂ ਕਮਰਸ਼ੀਅਲ ਕਿਹਨੂੰ ਆ? ਕਮਰਸ਼ੀਅਲ ਮੈਂ ਹੁਣ ਹਰੇਕ ਨੂੰ ਪੁੱਛਦਾ ਵੀ ਕਮਰਸ਼ੀਅਲ ਕੀ ਆ, ਮੈਨੂੰ ਇਹ ਲੱਗਦਾ ਵੀ ਜਿਹਦੇ ਵਿੱਚ ਤੁਹਾਡੇ ਰਿਸ਼ਤਿਆਂ ਨੂੰ ਤਾੜ ਤਾੜ ਕੀਤਾ ਜਾਂਦਾ ਨਾ ਪੰਜਾਬੀ ਫਿਲਮਾਂ 'ਚ, ਇੱਦਾਂ ਹੀ ਆ ਉਹ ਕਮਰਸ਼ੀਅਲ ਆ ਭਾਸ਼ਾ ਉਹਨਾਂ ਦੇ ਵਿੱਚ, ਜਿਵੇਂ ਹੋਰ ਟਾਈਮ ਫਿਲਮ ਆਉਂਦੀ ਆ ਪਹਿਲਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨੂੰ ਸਿਨੇਮੇ ਦੇ ਵਿੱਚ ਜਗ੍ਹਾ ਮਿਲਦੀ ਆ, ਹੋਰਾਂ ਨੂੰ ਫੇਰ ਮਿਲਦੀ ਆ, ਹੁਣ ਸਾਡੇ ਵਿੱਚ ਇੱਥੇ ਉਲਟਾ, ਜੇ ਸਾਡੀ ਭਾਸ਼ਾ 'ਚ ਫਿਲਮ ਆ ਜਾਂ ਸਾਨੂੰ ਉਹਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ, ਇਹਦੀ ਫਿਲਮ ਨੂੰ ਰੋਲਿਆ ਜਾ ਰਿਹਾ।
ਫਾਇਦਾ ਸਾਡੇ ਦੋਹਾਂ ਦਾ ਸੀ ਨਾ। ਜਿਹੜੇ ਆਪ ਕਾਮਯਾਬ ਹੋ ਗਏ ਪੰਜਾਬ ਦੀ ਮਿੱਟੀ 'ਚ ਉੱਠ ਕੇ, ਜਿਨ੍ਹਾਂ ਨੇ ਨਾਂ ਬਣਾਇਆ ਉਹਨਾਂ ਨੇ ਨਹੀਂ ਤੁਹਾਡੀ ਕਲਾ ਨੂੰ ਅੱਗੇ? ਤਾਂ ਮੇਰੀਆਂ ਚੀਜ਼ਾਂ ਕਾਪੀ ਕੀਤੀਆਂ ਹੋਈਆਂ ਆ। ਫਿਲਮ ਬਣਾਈ ਉਹਨੇ ਪੈਸੇ ਇਕੱਠੇ ਕਰਕੇ ਫਿਲਮ ਬਣਾਈ ਆ। ਜੇ ਕਿਸੇ ਨੇ ਮੌਕਾ ਨਹੀਂ ਦਿੱਤਾ ਆਪਣੀ ਫਿਲਮ ਜਿਹੜੀ ਪੈਸੇ ਇਕੱਠੇ ਕਰਕੇ ਫਿਲਮ ਬਣਾਈ ਆ ਵੀ ਮੈਂ ਯਾਰ ਕਲਾਕਾਰ ਹਾਂ, ਮੈਂ ਦਿਖਾਉਣਾ ਲੋਕਾਂ ਨੂੰ ਜਾ ਕੇ ਵੀ ਮੇਰੇ 'ਚ ਆਹ ਕਲਾ, ਮੇਰੀ ਕਲਾ ਆਹ, ਮੈਂ ਚੀਜ਼ ਆ, ਹੁਣ ਉਹ ਚੀਜ਼ ਨੂੰ ਫਿਰ ਰੋਲਿਆ ਜਾ ਰਿਹਾ। ਤੂੰ ਤਾਂਗਾ ਨਹੀਂ ਚਲਾ ਸਕਦੀ, ਜਾ ਕੇ ਕੋਠੇ ਤੇ ਬਹਿ ਜਾ। ਜਦੋਂ ਪੰਜਾਬ ਦੇ ਸੱਭਿਆਚਾਰ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦਾ ਸਾਰਾ ਵਿਰਸਾ ਜ਼ਿਹਨ ਦੇ ਵਿੱਚ ਘੁੰਮਣਾ ਸ਼ੁਰੂ ਹੋ ਜਾਂਦਾ ਅਤੇ ਫਿਰ ਪੰਜਾਬ ਦੇ ਜਾਏ ਕਿਤੇ ਵੀ ਚਲੇ ਜਾਣ, ਉਹ ਪੰਜਾਬੀਅਤ ਵਾਲੀ ਚੰਗਿਆੜੀ ਜੋ ਉਹਨਾਂ ਦੇ ਅੰਦਰ ਰਹਿੰਦੀ ਹੈ ਉਸ ਨੂੰ ਕੋਈ ਖਤਮ ਨਹੀਂ ਕਰ ਸਕਦਾ। ਸ਼ਾਇਦ ਇਹੀ ਕਾਰਨ ਰਿਹਾ ਹੋਵੇਗਾ ਕਿ ਲੰਮੇ ਸਮੇਂ ਤੋਂ ਪੰਜਾਬੀਆਂ ਨੂੰ ਵਾਰ ਵਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫਿਰ ਉਹ ਬੀਜ ਜਿੱਥੇ ਜਿੱਥੇ ਵੀ ਖਿਲ ਰਿਹਾ ਹੁੰਦਾ ਉੱਥੋਂ ਫਿਰ ਸੁਰਜੀਤ ਹੋ ਉੱਠਦਾ। ਸੋ ਅਜਿਹੇ ਕੰਮ ਪੰਜਾਬੀ ਭਾਵੇਂ ਇੱਥੋਂ ਕਿਤੇ ਵੀ ਚਲੇ ਜਾਣ, ਉਹ ਪੰਜਾਬ ਦੇ ਨਾਲ ਜੁੜੇ ਆਪਣੇ ਵਿਰਸੇ ਨਾਲ, ਵਿਰਾਸਤ ਨਾਲ ਜੁੜੇ ਕੰਮ ਹਮੇਸ਼ਾ ਕਰਦੇ ਰਹਿੰਦੇ ਆ। ਲੁਕਸ ਉਹਨਾਂ ਦੀ ਕਿਸੇ ਤਰ੍ਹਾਂ ਦੀ ਹੋ ਜਾਵੇ, ਵੇਸ਼ਭੂਸ਼ਾ ਕਿਸੇ ਤਰ੍ਹਾਂ ਦੀ ਵੀ ਹੋ ਜਾਵੇ, ਪਰ ਫਿਰ ਵੀ ਉਹ ਜੋ ਅੰਦਰ ਦੀ ਗੱਲ ਹੁੰਦੀ ਹੈ ਉਹ ਕਿਤੇ ਨਾ ਕਿਤੇ ਬਾਹਰ ਆਉਂਦੀ ਰਹਿੰਦੀ ਹੈ। ਸੋ ਅਜਿਹੇ ਇੱਕ ਨੌਜਵਾਨ ਦੇ ਨਾਲ ਤੁਹਾਨੂੰ ਮਿਲਾਉਣਾ। ਬਾਈ ਹਾਰ ਫਾਰਮਰ ਬਾਈ, ਕਿਵੇਂ ਹੋ? ਠੀਕ ਠਾਕ, ਵਧੀਆ। ਚੜ੍ਹਦੀ ਕਲਾ ਸੁਣਾਓ। ਤੁਸੀਂ ਚੜ੍ਹਦੀ ਕਲਾ ਦਾ ਜ਼ਿਕਰ ਕੀਤਾ ਅਤੇ ਚੜ੍ਹਦੀ ਕਲਾ ਜਿਹੜੀ ਹੈਗੀ ਸ਼ਬਦ ਦੇਖਦੇ ਹਾਂ ਵੀ ਮੇਰੇ ਵਰਗਾ ਚੜ੍ਹਦੀ ਕਲਾ ਕਹਿੰਦਾ ਤਾਂ ਉਹ ਕਹਿੰਦਾ ਵੀ ਬਾਜੀ ਵਾ ਪੰਜਾਬੀ ਬੰਦਾ, ਤੁਹਾਡੀ ਲੁਕਸ ਨੂੰ ਦੇਖ ਕੇ ਕਹਿਣਗੇ ਵੀ ਇਹ ਤਾਂ ਬੰਦਾ ਬੰਬੇ ਤੋਂ ਆਇਆ ਲੱਗਦਾ ਵੀ ਸ਼ਬਦ ਹੀ ਤਾਂ ਚੜ੍ਹਦੀ ਕਲਾ ਵਾਲੇ ਬੋਲ ਪੰਜਾਬੀ ਰਿਹਾ। ਬੜੀ ਹੈਰਾਨੀ ਦੀ ਗੱਲ ਹੋਊਗੀ ਜੀ ਲੋਕਾਂ ਲਈ ਤਾਂ। ਇਹੀ ਤਾਂ ਵਹਿਮ ਪਾਉਣਾ ਜੀ ਸਾਰਿਆਂ ਨੂੰ, ਵਹਿਮ 'ਚ ਆ ਨਾ। ਜਿਵੇਂ ਜਦੋਂ ਮੈਂ ਸ਼ੁਰੂ ਹੋਇਆ ਸੀ ਨਾ ਫੇਸਬੁੱਕ 'ਤੇ ਹਾਰਪ ਫਾਰਮਰ ਸੀਗਾ ਮੇਰਾ ਨਾਮ, ਹੈ ਨਾ, ਸੋਸ਼ਲ ਮੀਡੀਆ 'ਤੇ ਜਦੋਂ ਮੈਂ ਫੋਟੋਗ੍ਰਾਫੀ ਕਰਨੀ। ਕੀ ਤੁਹਾਡਾ? ਹਰਪ੍ਰੀਤ ਸਿੰਘ। ਮੈਂ ਆਪਣੀ ਕੰਪਨੀ ਲਈ ਨਾਮ ਰੱਖਿਆ ਸੀਗਾ ਤਾਂ ਜਦੋਂ ਸੋਸ਼ਲ ਮੀਡੀਆ 'ਤੇ ਪਾਇਆ ਉਹਦੇ ਪਰ ਮੇਰੀ ਫੋਟੋ ਲੱਗੀ ਬਲੈਕ ਐਂਡ ਵਾਈਟ ਫੋਟੋ, ਲੋਕਾਂ ਨੂੰ ਲੱਗਦਾ ਹੁੰਦਾ ਸੀ ਗੋਰਾ ਕੋਈ ਪੰਜਾਬ ਦੀਆਂ ਫੋਟੋਆਂ ਖਿੱਚਦਾ। ਜਿਵੇਂ ਇੱਕ ਮੈਂ ਤੁਹਾਨੂੰ ਹਾਸੇ ਦੀ ਸ਼ੁਰੂ 'ਚ ਦੱਸ ਦਿੰਦਾ, ਮੈਂ ਦਰਬਾਰ, ਮੈਂ ਅੰਮ੍ਰਿਤਸਰ ਗਿਆ ਇੱਕ ਵਾਰ, ਉੱਥੇ ਪਰਿਕਰਮਾ 'ਚ ਮੈਂ ਖੜਾ ਜਿੱਥੇ ਦੇਗ ਨਹੀਂ ਮਿਲਦੀ ਹੈਗੀ ਉੱਥੇ ਖੜਾ, ਰਾਤ ਦੇ 2 ਕੁ ਵੱਜੇ ਹੋਏ ਅਤੇ ਮੇਰੇ ਸਿਆਲਾਂ ਵਿੱਚ ਨਾ ਦਾੜੀ ਐਡੀ ਐਡੀ ਸੀ, ਭੂਰੀ ਜੀ ਹੋ ਜਾਂਦੀ ਆ, ਵਾਲ ਵੀ ਭੂਰੇ ਹੋਏ ਸੀਗੇ ਅਤੇ ਮੈਂ ਇੱਕ ਪੀਲਾ ਪਟਕਾ ਬੰਨਿਆ ਹੋਇਆ ਅਤੇ ਰਾਤ ਨੂੰ ਇੱਕ ਔਰਾ ਗੋਲਡਨ ਉੱਥੇ, ਮਤਲਬ ਸਾਰਾ ਰਾਤ ਨੂੰ ਹੋਰ ਗੋਲਡਨ ਹੋ ਜਾਂਦਾ, ਹੈ ਨਾ। ਤਾਂ ਉੱਥੇ ਮੈਂ ਖੜਾ, ਇੱਕ ਭਾਈ ਹੁੰਦੇ ਨੇ ਉੱਥੇ ਪਾਣੀ, ਅਤੇ ਮੈਂ ਬਕਸਰ ਦੇ ਤਾ ਪਾਣੀ ਵਾਲੀ ਸੇਵਾ 'ਤੇ ਜਿਹੜੀ ਦਰਬਾਰ ਜਿੱਧਰਲੇ ਬੰਨੇ ਦੇਗ ਮਿਲਦੀ ਨਾ ਉੱਧਰ, ਅਤੇ ਉਹ ਮੇਰੇ ਕੋਲ ਆਏ ਕਹਿੰਦੇ ਹੇ ਜੈਂਟਲਮੈਨ ਯੂ ਹੈਵ ਕਮ ਫਰੋਮ ਵਿਚ ਕੰਟਰੀ? ਮੈਂ ਕਿਹਾ ਪਿੰਡ ਨਡਾਲੋਂ, ਜ਼ਿਲ੍ਹਾ ਸ਼ੇਰਪੁਰ, ਤਹਿਸੀਲ ਕੜਛ, ਬਲੋਕ ਮਾਲਪੁਰ, ਨੇੜੇ ਗੁਰਦੁਆਰਾ ਸੰਤ ਬਾਬਾ ਨਿਧਾਨ ਸਿੰਘ ਜੀ। ਉਹ ਕਹਿੰਦਾ ਹੈ ਤੂੰ ਪੰਜਾਬੀ ਆ? ਮੈਂ ਕਿਹਾ ਹਾਂਜੀ। ਤਾਂ ਉੱਥੇ ਇੱਕ ਪਿੱਛੇ ਦੇਗ 'ਤੇ ਡਿਊਟੀ ਲੱਗੀ ਹੋਈ ਸੀ ਕਿਸੇ ਬੰਦੇ ਦੀ, ਜਿੱਥੇ ਰਾਤ ਨੂੰ ਡਿਊਟੀ ਹੁੰਦੀ ਨਾ, ਉਹ ਮੈਂ ਦੇਖਦਾ ਰਿਹਾ ਸੀ ਹੁਣ ਪਤਾ ਲੱਗਦਾ ਬੰਦਾ ਕੌਣ ਗੱਲ ਕਰਨ ਨੂੰ ਫਿਰਦਾ। ਉਹਨਾਂ ਨੇ ਮੈਨੂੰ ਰਾਤ ਨੂੰ ਉੱਥੇ ਬੈਠ ਕਹਿੰਦਾ ਯਾਰ ਮੇਰੇ ਨਾਲ ਜਾ, ਮੇਰੇ ਤੋਂ ਬੈਠ ਗੱਲਾਂ ਕਰ। ਉਹਨਾਂ ਮੈਂ ਦੁੱਧ ਗਰਮ ਗਰਮ ਕਰਕੇ ਪਿਆਇਆ ਕਿ ਠੰਡ ਸਿਆਲ ਸੀਗੀ, ਤੁਸੀਂ ਇਹ ਦੇਖ ਲਓ ਇੱਦਾਂ ਹੁੰਦਾ ਮੇਰੇ। ਇਹ ਲੁੱਕ ਦੇ ਵਿੱਚ ਤਾਂ ਲੋਕ ਕਹਿੰਦੇ ਆ ਬਾਈ ਜੀ, ਇੱਕ ਮਿੰਟ, ਵੀ ਲੋਕ ਕਹਿੰਦੇ ਆ ਬਈ ਛੱਡੀਏ ਯਾਰ ਪੰਜਾਬੀ ਕਲਚਰ ਨੂੰ, ਕੀ ਇਹਦੇ ਵਿੱਚ ਰੱਖਿਆ ਹੋਇਆ, ਐਵੇਂ ਵਾਲ ਕਟਾ ਕੇ ਨੌਜਵਾਨ ਉਹ ਜਾਂਦੇ ਆ ਬਾਹਰ ਦੀ ਦੁਨੀਆ 'ਚ ਵਸਣਾ ਚਾਹੁੰਦੇ ਆ, ਬਾਹਰ ਦੀ ਚੀਜ਼ਾਂ ਨੂੰ ਅਟਰੈਕਟ ਕਰਦੀਆਂ, ਤੁਸੀਂ ਸਾਰਾ ਕੁਝ ਕਰਕੇ ਫਿਰ ਤੁਸੀਂ ਕਹਿੰਦੇ ਵੀ ਪੰਜਾਬੀਅਤ ਮੈਨੂੰ ਖਿੱਚਦੀ ਆ, ਇਹ ਕਿੱਦਾਂ ਦੀ ਗੱਲ ਆ ਵੀ ਪੰਜਾਬੀਅਤ ਕਿਉਂ ਕਿਉਂ ਟੁੰਬਦੀ ਇੱਦਾਂ ਦੇ ਨੌਜਵਾਨਾਂ ਨੂੰ ਵੀ ਜਿਹੜੇ ਇੰਨੀ ਉੱਪਰ ਤੱਕ ਪਹੁੰਚ ਜਾਂਦੇ, ਆਪਣਾ ਕੰਮ ਕਰ ਰਹੇ ਆ, ਬਾਲੀਵੁੱਡ ਤੱਕ ਜਾ ਕੇ ਪਹੁੰਚ ਰੱਖਦੇ ਆ, ਪਰ ਫਿਰ ਉਹਨਾਂ ਦੇ ਅੰਦਰ ਉਹ ਪੰਜਾਬੀਅਤ ਨਿਕਲ ਨਹੀਂ ਰਹੀ, ਕਾਰਨ ਕੀ ਸਮਝਦੇ ਹੋ? ਪੰਜਾਬੀਅਤ ਇਹ ਹੈ ਜੀ ਕਿ ਦੇਖੋ ਇਹ ਮੇਰਾ ਖਿੱਤਾ ਆ, ਸਟੇਟ ਮੇਰੀ ਆ, ਮੇਰਾ ਸੂਬਾ ਆ, ਹੈ ਨਾ, ਮੈਂ ਪੰਜਾਬ ਤੋਂ ਬਿਲੋਂਗ ਕਰਦਾ, ਮੇਰੀਆਂ ਜੜ੍ਹਾਂ ਇੱਥੇ ਆ, ਮੈਂ ਜੜ੍ਹਾਂ ਛੱਡ ਕੇ ਕਿਵੇਂ ਜਾ ਸਕਦਾ? ਜੇ ਮੈਂ ਜੜ੍ਹਾਂ ਆਪਣੀਆਂ ਜੜ੍ਹਾਂ ਨੂੰ, ਮੈਂ ਉਹ ਨਹੀਂ ਹੈਗਾ ਕਿ ਆਪਣੀਆਂ ਜੜ੍ਹਾਂ ਵੱਢ ਦੇਵਾਂ, ਮੈਂ ਆਪਣੀ ਜੜ੍ਹਾਂ ਨੂੰ ਹੋਰ ਫੈਲਾਉਣਾ ਚਾਹੁੰਦਾ, ਹੈ ਨਾ ਜੀ, ਮੇਰੀਆਂ ਜੜ੍ਹਾਂ ਹੋਰ ਬਦਲ ਫੁੱਲਣ, ਹੋਰ ਥਾਂ 'ਤੇ ਰੁੱਖ ਬਣਨ। ਮੈਨੂੰ ਤਾਂ ਉਹ ਚਾਹੀਦਾ ਕਿ ਮੈਂ ਆਪਣੇ ਖਿੱਤੇ ਨੂੰ, ਮੈਂ ਖੇਤਾਂ 'ਚ ਕੰਮ ਕੀਤਾ ਹੋਇਆ ਆਪਣੇ ਘਰ, ਜਿੰਨੇ ਕੁ ਸਾਡੇ ਕੋਲ ਚਾਰ ਕਨਾਲ ਹੁੰਦੇ ਸੀ, ਕਣਕ ਵੱਢੀ ਆਪਣੇ ਹੱਥੀਂ, ਪਸ਼ੂ ਪਾਲੇ,
ਰਾਤ ਨੂੰ ਘਰਦੇ ਕਹਿ ਦਿੰਦੇ ਉਹ ਪਾਥੀਆਂ ਚੱਕੋ ਮੀਂਹ ਆ ਗਿਆ ਹਨਾ, ਤੁਸਾਂ ਵੀ ਕੀਤਾ ਹੋਣਾ, ਸਾਰਿਆਂ ਨੇ ਕੀਤਾ ਪੰਜਾਬ ਦੇ ਨੇ ਹਨਾ, ਤੇ ਉਹ ਕੀਤਾ ਤੇ ਉਹ ਚੀਜ਼ਾਂ ਨੂੰ ਉਦੋਂ ਮੇਰੇ ਕੋਲ ਕੈਮਰਾ ਹੈ ਨਹੀਂ ਸੀਗਾ, ਹੁਣ ਮੇਰੇ ਕੋਲ ਹੈਗਾ, ਹੁਣ ਮੇਰਾ ਜੀ ਕਰਦਾ ਉਹਨਾਂ ਚੀਜ਼ਾਂ ਨੂੰ ਫਿਰ ਸੁਰਜੀਤ ਕੀਤਾ ਜਾਵੇ, ਕੈਪਚਰ ਕਰੀਏ ਹੁਣ ਮੇਰੀਆਂ ਫਿਲਮਾਂ। ਚਲੋ ਆਹ ਤਾਂ ਫਿਲਮ ਮੇਰੀ ਇਸ ਲੁੱਕ ਦੇ ਹਿਸਾਬ ਦੀ ਆ, ਪਰ ਜਿਹੜੀਆਂ ਮੇਰੀਆਂ ਫਿਲਮਾਂ ਆਪਣੀਆਂ ਲਿਖੀਆਂ ਹੋਈਆਂ ਆ, ਜਦੋਂ ਜਿਹੜੀ ਇਹ ਫਿਲਮ ਆ ਮੇਰੇ ਦੋਸਤ ਆ ਉਹਦੀ ਡਾਇਰੈਕਟ ਕੀਤੀ ਹੋਈ, ਉਹਦੀ ਲਿਖੀ ਹੋਈ ਆ, ਜਿਵੇਂ ਜਿਹੜੀਆਂ ਮੇਰੀਆਂ ਫਿਲਮਾਂ ਉਹਨਾਂ ਫਿਲਮਾਂ 'ਚ ਸਾਰੀਆਂ 'ਚ ਮੈਂ ਸਿੱਖ ਲੁੱਕ 'ਚ ਆ। ਮੈਨੂੰ ਨਹੀਂ ਪਤਾ, ਹੁਣ ਤੁਸੀਂ ਦੇਖ ਲਓ, ਮੈਨੂੰ ਆਪ ਨੂੰ ਨਹੀਂ ਪਤਾ ਕਿ ਮੈਂ ਹਰੇਕ ਕਰੈਕਟਰ ਸਰਦਾਰ 'ਚ ਆ ਮੇਰਾ, ਮੈਂ ਜਿਹੜਾ ਆਪਦੀਆਂ ਫਿਲਮਾਂ 'ਚ ਮੇਰਾ ਸਰਦਾਰ ਦਾ ਕਰੈਕਟਰ ਆ, ਹਰੇਕ ਫਿਲਮ 'ਚ ਮੈਂ ਪੱਗ ਬੰਨ ਕੇ ਆ। ਦਿਲ 'ਚ ਪੱਗ ਹੈਗੀ ਆ, ਕਦੇ ਸਿਰ 'ਤੇ ਵੀ ਆ ਜਾਵੇ ਬਾਈ। ਕੀ ਜਿਹੜੀ ਗੱਲਾਂ ਕਰ ਰਹੇ ਆ ਤੁਸੀਂ, ਤਾਂ ਚਲੋ ਪੰਜਾਬੀ ਪੰਜਾਬੀ ਦੇ ਲੋਕਾਂ ਨਾਲ ਜੁੜੇ ਹੋਏ ਆ, ਇੱਥੇ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੋ, ਸੱਚੀਆਂ ਗੱਲਾਂ ਇਹ ਬਾਈ ਦੀਆਂ? ਇਹ ਮੈਂ ਤੁਹਾਨੂੰ ਗੱਲ ਦੱਸਦਾ, ਇਹਦੀ ਕਲਾ ਬਾਰੇ ਇਸ ਤੋਂ ਪਹਿਲਾਂ ਮੈਨੂੰ ਕਾਫੀ ਸਾਲਾਂ ਦਾ ਪਤਾ, ਇਹਦੀ ਕਲਾ ਨੂੰ ਅਸੀਂ ਬਹੁਤ ਕਾਪੀ ਵੀ ਕਰਿਆ, ਮੇਰੇ ਘਰ ਆਉਣ ਤੋਂ ਪਹਿਲਾਂ ਹੈ ਬਾਈ ਨੂੰ, ਮੈਂ ਪਹਿਲਾਂ ਹੀ ਦੱਸ ਸਕਿਆ ਬਈ ਮੈਂ ਤੇਰਾ ਬਾਬਾ ਬਹੁਤ ਵੱਡਾ ਫੈਨ ਆ, ਜਿਵੇਂ ਆਪਾਂ ਕਹਿ ਦਈਏ ਨਾ ਵੀ ਬਹੁਤ ਵੱਡਾ ਤੇਰਾ ਪ੍ਰਸ਼ੰਸਕ ਆ ਮੈਂ, ਕਿਉਂਕਿ ਇਹਦੀ ਜੋ ਇਹਦੇ 'ਚ ਕਲਾ ਬਾਈ ਦੇ ਵਿੱਚ ਉਹ ਸ਼ਾਇਦ ਦੱਸਣੀ ਵੀ ਨਹੀਂ ਆ ਰਹੀ, ਕਿ ਇਹਨੇ ਜੋ ਫੋਟੋਆਂ ਖਿੱਚੀਆਂ ਇੱਥੋਂ ਤੱਕ ਕਰਕੇ ਇਹਦੀਆਂ ਫੋਟੋਆਂ ਦੇ ਵੱਡੇ ਵੱਡੇ ਕੰਟਰੋਵਰਸੀ ਵੀ ਹੋਈ ਪਿਆ, ਕਿਸਾਨੀ ਅੰਦੋਲਨ ਦੇ ਵਿੱਚ ਬੀਜੇਪੀ ਨੇ ਇਹਦੀ ਫੋਟੋ ਚੱਕ ਕੇ ਲਾਤੀ, ਉਹ ਤੇ ਬਹੁਤ ਵੱਡੀ ਕੰਟਰੋਵਰਸੀ ਹੋਈ। ਜੋ ਕਲਾ ਇਹਦੇ ਵਿੱਚ ਦਿਖਾਉਣ ਦੀ, ਜੋ ਮੈਨੂੰ ਕੈਮਰੇ ਨੂੰ ਮੈਂ ਦੇਖਿਆ ਸੀ, ਬਹੁਤ ਕਲਾ ਮੈਨੂੰ ਲੱਗਦਾ ਹੋਰਾਂ ਦੇ ਵਿੱਚ ਇੰਨੀ ਕਲਾ ਹੈ ਨਹੀਂ ਗੀ, ਜੇ ਅਸੀਂ ਕਲਾ ਨੂੰ ਕਹੀਏ, ਪਰ ਅੱਜ ਇਹਦੀ ਕਲਾ ਰੁੜ ਰਹੀ ਆ, ਇਹਦੀ ਫਿਲਮ ਇਹ ਉਹ ਕਿਵੇਂ ਰੁੜ ਰਹੀ ਹੈ, ਕਿਉਂਕਿ ਇਹਦੀ ਫਿਲਮ ਆਉਣ ਵਾਲੀ ਆ, ਇਹਨੇ ਆਪਦੀ ਫਿਲਮ ਇੱਕ ਵਧੀਆ ਤਰੀਕੇ ਨਾਲ ਤਿਆਰ ਕਰੀ, ਇੱਕ ਘੱਟ ਬਜਟ 'ਚ ਆਪਣਾ ਜਿੰਨਾ ਕਿ ਆਪਾਂ ਲਾ ਸਕਦੇ ਉਹ ਤਿਆਰ ਕਰੀ, ਹੈ ਨਾ, ਤਿਆਰ ਕਰਨ ਤੋਂ ਬਾਅਦ ਉਹਦੇ ਵਿੱਚ ਫਿਲਮ ਦੇ ਵਿੱਚ ਕਲਾ ਬੜੀ ਵਧੀਆ ਦਿਖਾਈ ਗਈ ਆ, ਉਹਨੂੰ ਨਹੀਂ ਦੇਖ ਰਹੇ, ਉਸ ਚੀਜ਼ ਨੂੰ ਦੇਖ ਰਹੇ ਨੇਗੇ ਵੀ ਇਹਦੀ ਕਿੰਨੀ ਕੁ ਪਹੁੰਚ ਆ, ਕਿੰਨਾ ਕੁ ਪੈਸਾ ਕੀ ਆ ਉਹ ਚੀਜ਼ ਨੂੰ ਦੇਖ ਰਹੇ। ਕੌਣ ਰੋਕ ਰਿਹਾ? ਜਿਹੜੇ ਇਹ ਇੱਕ ਮਾਫੀਆ ਨਾ, ਜਿਵੇਂ ਕਿ ਇੱਕ ਮਾਫੀਆ ਜਿਵੇਂ ਕਿ ਰਾਜਨੀਤਿਕ ਚੱਲਦਾ ਸਿਸਟਮ, ਉਵੇਂ ਇੱਧਰ ਸਿਨੇਮਿਆਂ ਦੇ ਵਿੱਚ ਚੱਲਦਾ, ਉਹ ਕਹਿੰਦੇ ਅਸੀਂ ਹਿੰਦੀ ਵਾਲਿਆਂ ਨੂੰ ਅਸੀਂ ਉਹਨਾਂ ਨੂੰ ਅਸੀਂ ਪਹਿਲਾਂ ਪ੍ਰਮੋਟ ਕਰਾਂਗੇ, ਪੰਜਾਬ ਵਾਲਿਆਂ ਨੂੰ ਨਹੀਂ ਪੁੱਛਦੇ, ਹਾਲਾਂਕਿ ਹੋਰਾਂ ਸਟੇਟਾਂ ਦੇ ਵਿੱਚ ਪਤਾ ਕੀ ਹੈ, ਲੋਕ ਕਹਿੰਦੇ ਬਾਲੀਵੁੱਡ 'ਚ ਰਾਜੇ ਪੰਜਾਬੀ ਕਰਦੇ ਆ, ਵੀ ਪੰਜਾਬੀਆਂ ਦਾ ਤਾਂ ਬੋਲਬਾਲਾ। ਨਹੀਂ ਨਹੀਂ ਇੱਕ ਉਹ ਕਰਦੇ ਕਿਵੇਂ ਨੇ ਉਹ ਸੰਦਾਜ਼ਾ, ਉਹ ਜਿਵੇਂ ਕਿ ਹੋਰਾਂ ਸਟੇਟਾਂ ਦੇ ਵਿੱਚ ਆ, ਜਿਵੇਂ ਹੋਰਾਂ ਭਾਸ਼ਾ ਉਹਨਾਂ ਦੇ ਵਿੱਚ, ਜਿਵੇਂ ਹੋਰਾਂ ਸਟੇਟਾਂ ਫਿਲਮਾਂ ਆਉਂਦੀਆਂ, ਪਹਿਲਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨੂੰ ਸਿਨੇਮੇ ਦੇ ਵਿੱਚ ਜਗ੍ਹਾ ਮਿਲਦੀ ਆ, ਹੋਰਾਂ ਨੂੰ ਫੇਰ ਮਿਲਦੀ ਆ, ਹੁਣ ਸਾਡੇ ਵਿੱਚ ਇੱਥੇ ਉਲਟਾ, ਜੇ ਸਾਡੀ ਭਾਸ਼ਾ ਫਿਲਮ ਆਈ ਆ ਸਾਨੂੰ ਉਹਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ, ਇਹਦੀ ਫਿਲਮ ਨੂੰ ਰੋਲਿਆ ਜਾ ਰਿਹਾ। ਪਰ ਮੈਂ ਇੱਕ ਗੱਲ ਕਹਿਣਾ ਵੀ ਆਰਟ ਨੂੰ ਅਤੇ ਕਲਾ ਨੂੰ ਪਿਆਰ ਕਰੋ, ਇੱਥੇ ਸਾਡੇ ਪਤਾ ਕੀ ਚੱਲ ਰਿਹਾ, ਜਿਹੜਾ ਕੋਈ ਮਸ਼ਹੂਰ ਆ ਜਾਂ ਪੈਸੇ ਵਾਲਾ ਉਹਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ, ਹੁਣ ਜੇ ਇਹਦੀ ਕਲਾ ਦੀ ਗੱਲ ਕਰਾਂ ਤਾਂ ਹੋਰਾਂ ਕਲਾ ਦੇ ਕਲਾਕਾਰਾਂ ਦੇ ਮੁਤਾਬਕ ਹੈ ਨਹੀਂ ਗੀ, ਇੰਨੀ ਕਲਾ ਇਹ ਬੰਦੇ ਨੂੰ ਸਾਰੇ ਜਾਣਦੇ ਨੇਗੇ, ਸਭ ਨੂੰ ਪਤਾ ਵੀ ਹਰਪ੍ਰੀਤ ਸਿੰਘ ਕਿਸਾਨ ਹਰ ਫਾਰਮ ਕੌਣ ਹੈ, ਬਹੁਤ ਬੰਦਿਆਂ ਨੇ ਇਹਦੀਆਂ ਫੋਟੋਆਂ ਚੱਕ ਕੇ ਇਸ਼ਤਿਹਾਰਾਂ 'ਤੇ ਲਾਈਆਂ, ਫਿਲਮਾਂ 'ਚ ਲਾਈਆਂ, ਉਹ ਚੀਜ਼ਾਂ ਕੀਤੀਆਂ, ਪਰ ਲੋੜ ਅੱਜ ਇਹਨੂੰ ਵੀ ਸਾਰੇ ਇਹਦੇ ਨਾਲ ਕਲਾਕਾਰ ਆਰਟਿਸਟ ਖੜਨ, ਹੈ ਨਾ, ਇਹ ਸਹਿਯੋਗ ਦੇਈਏ ਵੀ ਭਰਾ ਦੀ ਫਿਲਮ ਲੱਗਣੀ ਚਾਹੀਦੀ ਹੈ, ਜੇ ਉਹਦੀ ਫਿਲਮ ਤੋਂ ਕੁਛ ਕਮਾਈ ਹੋਊਗੀ ਤਾਂ ਹੀ ਕੁਛ ਅਗਲਾ ਪ੍ਰੋਜੈਕਟ ਪੰਜਾਬ ਲਈ ਬਣਾ ਸਕਦਾ, ਕਿਉਂਕਿ ਜਿਹੜੇ ਪ੍ਰੋਜੈਕਟ ਇਹਦੇ ਲਈ ਪੰਜਾਬ ਕੋਲ ਪਏ ਨੇ ਮੈਂ ਸੁਣੇ ਨੇ ਜਾਂ ਮੈਨੂੰ ਪਤਾ ਹੋਰਾਂ ਕੋਲ ਮਸਾਲਾ ਉਹ ਨਹੀਂ ਹੈਗਾ। ਰਿਕਮੈਂਡ ਕਰਦੇ ਹੋ, ਦੇਖਿਆ ਕੁਛ ਟ੍ਰੇਲਰ ਜਾਂ ਕੋਈ? ਉਹ ਫਿਲਮ ਤਾਂ ਮੈਂ ਉਹਦਾ ਟ੍ਰੇਲਰ ਤਾਂ ਦੇਖਿਆ ਹੀ ਦੇਖਿਆ, ਪਰ ਜੋ ਮੈਨੂੰ ਪਹਿਲਾਂ ਤੋਂ ਲੈ ਕੇ ਹੁਣ ਤੱਕ ਪਤਾ ਵੀ ਜੋ ਇਹਦੇ ਕੋਲ ਚੀਜ਼ ਆ, ਜੋ ਪੰਜਾਬ ਲਈ ਬਣਾਉਣਾ ਚਾਹੁੰਦਾ, ਉਹਦੇ ਲਈ ਕੁਛ ਨਾ ਕੁਛ ਬਜਟ ਪੈਸਾ ਚਾਹੀਦਾ, ਜੇ ਆਹ ਫਿਲਮ ਤੋਂ ਕੁਛ ਕਮਾਊਗਾ ਤਾਂ ਉਹ ਅੱਗੇ ਵੀ ਕੁਛ ਕਰ ਸਕਦਾ, ਕਿਉਂਕਿ ਇਹਦੀ ਅੱਜ ਦੀ ਕਲਾ ਨਹੀਂ, ਤੁਸੀਂ ਦੇਖੋਗੇ ਹੁਣ ਸ਼ਾਇਦ ਤੁਸੀਂ ਫਿਲਮ ਇੰਡਸਟਰੀ ਨਾਲ ਇਹਨਾਂ ਚੀਜ਼ਾਂ ਨਾਲ ਨਹੀਂ ਜੁੜੇ ਹੋਏ, ਚਲੋ ਤੁਹਾਨੂੰ ਇਹ ਚੀਜ਼ ਦਾ ਪਤਾ ਮੋਟਾ ਮੋਟਾ ਮਸ਼ਹੂਰ ਬੰਦਿਆਂ ਬਾਰੇ ਪਤਾ, ਪਰ ਮੈਨੂੰ ਇਹ ਚੀਜ਼ ਦਾ ਪਤਾ ਵੀ ਜਦੋਂ ਦਾ ਇਹਦੇ ਹੱਥ 'ਚ ਕੈਮਰਾ ਆਇਆ, ਕੈਮਰਾ ਫੜ ਕੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਚੀਜ਼ਾਂ ਪੰਜਾਬ ਦੀਆਂ ਦਿਖਾਈਆਂ, ਜੋ ਫੁਟੇਜ ਦਿਖਾਈ, ਜੋ ਚੀਜ਼ਾਂ ਨੇ ਦਿਖਾਈਆਂ, ਕਿਸੇ ਨੇ ਨਹੀਂ ਦਿਖਾਈਆਂ। ਅਗਲੀ ਗੱਲ, ਜੋ ਜਿਹੜੇ ਪੰਜਾਬੀ ਦੇ ਸਾਡੇ ਅੱਖਰ ਨੇਗੇ, ਜੋ ਅੱਖਰਾਂ ਨੂੰ ਅੱਜ ਤੱਕ ਜਿਹੜੀ ਕਟਿੰਗ ਵਾਲਾ ਕੰਮ ਆ ਅੱਖਰਾਂ ਵਾਲਾ, ਉਹ ਇਹਦੀ ਬਦੌਲਤ ਚੱਲਦਾ। ਅਗਲੀ ਗੱਲ, ਜਿਹੜਾ ਅਸੀਂ ਫੁੱਲਾਂ ਵਾਲਾ ਝੋਲਾ ਦੇਖਦੇ ਹਾਂ, ਇਹਦੀ ਬਦੌਲਤ ਚੱਲਦਾ। ਜੋ ਦਾੜੀ ਰੱਖ ਕੇ ਐਂ ਟ੍ਰੈਂਡ ਵਾਲੀ ਫੋਟੋਆਂ ਚੱਲਦੀਆਂ ਨੇ, ਇਹਦੀ ਬਦੌਲਤ ਆ। ਜੋ ਇਹਦੀਆਂ ਚੀਜ਼ਾਂ ਨੇਗੀਆਂ ਮੈਂ ਅੱਜ ਤੱਕ ਦੇਖੀਆਂ ਨੇਗੀਆਂ। ਮੈਂ ਤੁਹਾਨੂੰ ਟੋਕ ਰਿਹਾ, ਤੁਸੀਂ ਇੱਕ ਗੱਲ ਕਲਾਕਾਰਾਂ ਨੂੰ ਕਹੀ ਬਈ ਇਹਦੀ ਫਿਲਮ ਵੀਰ ਦੀ ਫਿਲਮ ਬਾਰੇ ਜ਼ਰੂਰ ਕਹੋ। ਇਹ ਤਾਂ ਅਜੇ ਬਾਈ ਜੀ ਉੱਠੇ ਆ, ਪਹਿਲੀ ਫਿਲਮ ਆ ਰਹੀ ਆ। ਜਿਹੜੇ ਬੰਦੇ ਆਪਸ ਦੇ ਵਿੱਚ ਇਹ ਬਰਾਬਰ ਚੱਲੇ ਸੀਗੇ,
ਉਹ ਤਾਂ ਗੱਲਾਂ ਤਾਂ ਇਹ ਆਉਂਦੀਆਂ ਸਾਹਮਣੇ ਵੀ ਕਲਾਕਾਰ ਇੱਕ ਕਲਾਕਾਰ ਦੂਜੇ ਕਲਾਕਾਰ ਨੂੰ ਗੈਂਗਸਟਰ ਤੋਂ ਧਮਕੀਆਂ ਜਾਂ ਮਰਵਾ ਰਹੇ ਆ, ਅਤੇ ਤੁਹਾਨੂੰ ਕੀ ਲੱਗਦਾ ਵੀ ਪ੍ਰਮੋਟ ਕਰਨਗੇ ਨਵੇਂ ਬੰਦੇ ਨੂੰ? ਪ੍ਰਮੋਟ ਕਰਦਾ ਇੱਥੇ ਕੋਈ ਕਰਦਾ ਇਹ ਤੁਹਾਨੂੰ ਲੱਗਦਾ? ਦੇਖੋ ਜੀ, ਅਸਲ ਦੇ ਵਿੱਚ ਦੇਖੋ ਪੰਜੇ ਚਾਰੇ ਪੰਜਾਂ ਉਂਗਲਾਂ ਇੱਕ ਸਾਰ ਵੀ ਨਹੀਂ ਹੁੰਦੀਆਂ। ਜਦੋਂ ਪਰਮਾਤਮਾ ਬਾਂਹ ਫੜਦਾ ਜਾਂ ਕੋਈ ਸੱਜਣ ਮਿੱਤਰ ਬਾਂਹ ਫੜਦਾ, ਜਿਵੇਂ ਤੁਸੀਂ ਬਾਂਹ ਫੜੀ ਆ, ਤੁਸੀਂ ਹੁਣ ਇੱਥੇ ਆਏ ਖੜਾ, ਤੁਸੀਂ ਕਿਹਾ ਵੀ ਅਸੀਂ ਆਪਣੇ ਚੈਨਲ 'ਤੇ ਪ੍ਰਮੋਟ ਕਰਦੇ ਹਾਂ, ਠੀਕ ਹੈ ਨਾ ਗੱਲ? ਇਹ ਲੋਕਾਂ ਦੇ ਵਿੱਚ ਕਦੋਂ ਇਸ ਚੀਜ਼ ਦਾ ਮਾਹੌਲ ਬਣ ਜਾਣਾ, ਕਦੋਂ ਹਰ ਪਰਮ ਹਰਪ੍ਰੀਤ ਸਿੰਘ ਹੋਣ ਲੱਗ ਜਾਣੀ ਹੈ, ਇਹ ਕਦੋਂ ਕਿਸੇ ਨੂੰ ਕੁਛ ਨਹੀਂ ਪਤਾ। ਗੱਲ ਇਹ ਲੱਤਾਂ ਖਿੱਚਣ ਵਾਲੇ ਤਾਂ ਇਹਦੇ ਵਿੱਚ ਬਹੁਤ ਨੇਗੇ, ਅਸਲ ਦੇ ਵਿੱਚ ਬੇਈਮਾਨੀ ਤਾਂ ਹਰ ਇੱਕ ਪਾਸੇ ਹੀ ਹੈ। ਬੇਈਮਾਨਾਂ ਨੂੰ ਜਾਂ ਉਹਨਾਂ ਨੂੰ ਜਿਵੇਂ ਤੁਸੀਂ ਧਮਕੀਆਂ ਵਾਲੀ ਗੱਲ ਕਰੀ ਆ ਜਾਂ ਉਹਨਾਂ ਵਾਲੀ ਗੱਲ ਕਰੀ ਆ, ਇਹਦਾ ਟ੍ਰੈਂਡ ਆ, ਇਹਨਾਂ ਨੇ ਸਾਰਾ ਕੁਝ ਟ੍ਰੈਂਡ ਇਹਨਾਂ ਨੇ ਕਲਾਕਾਰਾਂ ਨੇ ਸ਼ੁਰੂ ਕਰਿਆ, ਜਿਹੜਾ ਧਮਕੀਆਂ ਵਾਲਾ ਕੰਮ ਹੈ ਇਹਨਾਂ ਸਾਰਿਆਂ ਨੇ ਸ਼ੁਰੂ ਕਰਿਆ ਵੀ ਉਹ ਮੇਰੇ ਤੋਂ ਉੱਪਰ ਲੰਘਦਾ ਉਹਦੇ ਲੱਤਾਂ ਖਿੱਚਾਂ ਮਰਵਾਉਣ ਤੱਕ ਸਾਰਾ ਕੁਛ ਇਹ ਕਲਾਕਾਰੀ ਕਰਦੇ ਨੇ। ਬੇਈਮਾਨ ਵਿੱਚ ਬਹੁਤ ਨੇ ਇਸ ਚੀਜ਼ ਦੇ ਵਿੱਚ। ਕਿਹਾ ਜਾਂਦਾ ਵੀ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ, ਪਾੜ ਕੇ ਸੀਨਾ ਪੱਥਰਾਂ ਦਾ, ਸੀਨਾ ਪਾੜਨ ਨੂੰ ਖੜੇ ਹੋ ਫਿਰ ਨਾਲ? ਬਿਲਕੁਲ ਖੜੇ ਹਾਂ, ਹੁਣ ਬਿਲਕੁਲ ਇਸ ਚੀਜ਼ ਦੇ ਨਾਲ ਖੜੇ ਹਾਂ। ਅਸੀਂ ਤਾਂ ਹੁਣ ਡੱਟ ਕੇ, ਮੈਂ ਤਾਂ ਆਪਣੇ ਪਲੇਟਫਾਰਮਾਂ 'ਤੇ ਵੀ ਜਿੰਨੇ ਕੁ ਮੈਨੂੰ ਕੋਈ ਲੋਕ ਸੁਣਦੇ ਨੇ ਉਹਨਾਂ ਦੇ ਪਹਿਲਾਂ ਸਭ ਤੋਂ ਪਹਿਲਾਂ ਬਾਈ ਦੀ ਵੀਡੀਓ ਪਾ ਚੁੱਕੇ ਹਾਂ। ਅਗਲੀ ਗੱਲ ਪਤਾ ਕੀ ਆ, ਹੁਣ ਇਸ ਕਰਕੇ ਹੀ ਬੰਦਾ ਪਿੱਛੇ ਕਿਉਂ ਰਿਹਾ ਹੈ, ਅੱਜ ਹੀ ਕਿਉਂ ਅੱਗੇ ਆਇਆ, ਜਾਂ ਅੱਜ ਹੀ ਕਿਉਂ ਇਹਨੇ ਮਾੜੇ ਮੋਟਾ ਜ਼ਿਕਰ ਕਰਿਆ ਮੈਂ ਆਪਦੀ ਫਿਲਮ ਆ ਬਣਾਉਣਾ? ਇਹਨੇ ਕੋਸ਼ਿਸ਼ ਤਾਂ ਬਥੇਰੀ ਕੀਤੀ ਹੋਣੀ ਆ, ਪਰ ਕਿਸੇ ਨੇ ਮੌਕਾ ਨਹੀਂ ਦਿੱਤਾ। ਹੁਣ ਇਹਨੇ ਕੀ ਕਰਿਆ, ਜਿਹੜੀ ਹੁਣ ਫਿਲਮ ਬਣਾਈ ਇਹਨੇ ਪੈਸੇ ਇਕੱਠੇ ਕਰਕੇ ਫਿਲਮ ਬਣਾਈ ਆ। ਜੇ ਕਿਸੇ ਨੇ ਮੌਕਾ ਨਹੀਂ ਦਿੱਤਾ ਆਪਣੀ ਫਿਲਮ ਜਿਹੜੀ ਪੈਸੇ ਇਕੱਠੇ ਕਰਕੇ ਫਿਲਮ ਬਣਾਈ ਆ, ਵੀ ਮੈਂ ਯਾਰ ਕਲਾਕਾਰ ਹਾਂ, ਮੈਂ ਦਿਖਾਉਣਾ ਲੋਕਾਂ ਨੂੰ ਜਾ ਕੇ ਵੀ ਮੇਰੇ 'ਚ ਆਹ ਕਲਾ, ਮੇਰੀ ਕਲਾ ਆਹ, ਮੈਂ ਇਹ ਚੀਜ਼ ਆ, ਹੁਣ ਉਹ ਚੀਜ਼ ਨੂੰ ਫਿਰ ਰੋਲਿਆ ਜਾ ਰਿਹਾ, ਧੱਕੇ ਖਾ ਰਿਹਾ। ਬਾਈ ਕਦੀ ਪਹੁੰਚ ਕੀਤੀ ਤੁਸੀਂ ਵੱਡੇ ਵੱਡੇ ਚਿਹਰੇ ਜਿਹੜੇ ਹੈਗੇ ਆ, ਜਿਹੜੇ ਆਪ ਕਾਮਯਾਬ ਹੋ ਗਏ ਪੰਜਾਬ ਦੀ ਮਿੱਟੀ 'ਚੋਂ ਉੱਠ ਕੇ, ਜਿਨ੍ਹਾਂ ਨੇ ਨਾਮ ਬਣਾਇਆ, ਉਹਨਾਂ ਨੇ ਨਹੀਂ ਤੁਹਾਡੀ ਕਲਾ ਨੂੰ ਅੱਗੇ? ਤਾਂ ਮੇਰੀਆਂ ਚੀਜ਼ਾਂ ਕਾਪੀ ਕੀਤੀਆਂ ਹੋਈਆਂ ਆ, ਸਭ ਨੂੰ ਪਤਾ ਕਿ ਨੇ ਕਿਹੜੀ ਚੀਜ਼ ਕੀਤੀ ਹੋਈ ਹੈ ਕਾਪੀ। ਤੁਹਾਨੂੰ ਫਿਰ ਪ੍ਰਮੋਟ ਨਹੀਂ ਕੀਤਾ? ਕੰਟਰੋਵਰਸੀ 'ਚ ਵੈਸੇ ਪੈਣਾ ਨਹੀਂ ਚਾਹੁੰਦਾ, ਪਰ ਮੈਨੂੰ ਇਹ ਚੀਜ਼ ਦਾ ਪਤਾ, ਦੇਖ ਆਪਾਂ ਨੂੰ ਜਿਹੜੀ ਚੀਜ਼ ਦਾ ਪਤਾ ਆਪਾਂ ਉਹ ਤੁਹਾਡੇ ਚੈਨਲ 'ਤੇ ਦੱਸ ਸਕਦੇ ਹਾਂ। ਤੁਸੀਂ ਐਂ ਕਰਿਓ, ਇਹਦਾ ਜਿੰਨੇ ਵੀ ਇਹਦੇ ਸੋਸ਼ਲ ਮੀਡੀਆ ਪਲੇਟਫਾਰਮ ਨੇ, ਇਹਦੇ ਫੇਸਬੁੱਕ ਜਾਂ ਉਹ ਚੀਜ਼ ਦੇਖੋਗੇ, ਉਹ ਚੀਜ਼ਾਂ ਦੀਆਂ ਪਾਈਆਂ ਹੋਈਆਂ ਤੁਹਾਨੂੰ ਫਿਲਮਾਂ ਦੇ ਵਿੱਚ ਜਿਹੜੀਆਂ ਇਹਦੇ ਝਲਕੀਆਂ ਉਹ ਚੀਜ਼ਾਂ ਨਜ਼ਰ ਆਉਣਗੀਆਂ। ਕਿਹੜੇ ਨਾਮ ਨਾਲ ਸਰਚ ਕਰ ਸਕਦੇ ਆ? ਹਰ ਫਾਰਮਰ। ਮੈਂ ਤੁਹਾਨੂੰ ਗੱਲ ਦੱਸਦਾ ਬਾਈ, ਇਸ ਤੋਂ ਪਹਿਲਾਂ ਜਦੋਂ ਆਪਾਂ ਘਰੇ ਆਇਆ, ਇਹ ਤੋਂ ਪਹਿਲਾਂ ਆਪਣੀ ਕੋਈ ਕਿਤੇ ਗੱਲ ਹੋਈ ਸੀ? ਇੱਕ ਫੋਨ 'ਤੇ ਹੋਈ ਆਪਣੀ ਗੱਲ? ਮੈਂ ਤੁਹਾਨੂੰ ਮੈਸੇਜ, ਮੈਨੂੰ ਕਿਵੇਂ ਪਤਾ ਸੀਗਾ ਤੁਹਾਡੇ ਬਾਰੇ, ਮੈਨੂੰ ਕਲਾ ਬਾਰੇ ਤੁਹਾਡੇ ਬਾਰੇ ਮੈਂ ਕਿੰਨਾ ਜ਼ਿਕਰ ਕੀਤਾ ਵੀ ਆਹ ਤੇਰੀ ਕਲਾ ਹਰਪ ਤੇਰੇ 'ਚ ਇੰਨੀਆਂ ਚੀਜ਼ਾਂ ਮੈਂ ਦੇਖੀਆਂ, ਜਾਂ ਫੋਟੋ ਖਿੱਚਣ ਦਾ ਤਰੀਕਾ ਜਾਂ ਕੈਮਰਾ ਤਰੀਕਾ, ਜੋ ਇਹਨੂੰ ਪਤਾ ਬੰਦੇ ਨੂੰ ਉਹ ਨਹੀਂ ਹੈਗਾ, ਕਿਉਂਕਿ ਤੁਸੀਂ ਮਨ ਨਾਲ ਸਪੋਰਟ ਕਰ ਰਹੇ, ਇੱਦਾਂ ਨਹੀਂ ਕਿਤੇ ਆਪਣਾ ਕੋਈ ਮੰਤਵ ਹੋਵੇ ਵਿੱਚ ਵੀ ਮੈਂ ਵੀ ਚਾਰ ਪੈਸੇ ਕਮਾ ਲਵਾਂ ਇਹਨਾਂ ਦੇ ਨਾਲ ਲੱਗ ਕੇ। ਇਹ ਤਾਂ ਤੁਸੀਂ ਮੇਰੀ ਗੱਲ ਸੁਣੋ, ਆਪਣਾ ਇਸ ਚੀਜ਼ ਪਿੱਛੇ ਨਹੀਂ, ਇਕੱਲਾ ਇਹ ਬਾਈ ਪਿੱਛੇ ਨਹੀਂ ਹੈਗਾ, ਤੁਸੀਂ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਜਗਦੀਪ ਬਾਈ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ, ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਮੈਂ ਕਹਿੰਦਾ ਕਿੰਨੇ ਤਾਂ ਸਿੰਗਰ ਨੇਗੇ, ਮੈਂ ਨਾਂ ਲਊਂਗਾ ਉਹੀ ਗੱਲ ਹੋਜੂਗੀ ਲਾ, ਜਾਂ ਆਪਣੇ ਈਗੋ ਹੰਕਾਰ ਵਾਲੀ ਗੱਲ ਹੋਜੂ, ਘੱਟੋ ਘੱਟ 6-7 ਕਲਾਕਾਰਾਂ ਦੀ ਮੈਂ ਐਸੀ ਮਦਦ ਕੀਤੀ ਹੋਈ ਆ ਜਿਹੜੇ ਕਿ ਐਨ ਪੂਰੇ ਫਿੱਟ ਫਾਟ ਨੇ ਅਤੇ ਬਹੁਤ ਵਧੀਆ ਪੈਸਾ ਕਮਾ ਰਹੇ ਨੇ, ਬਹੁਤ ਵਧੀਆ ਇੰਡਸਟਰੀ ਟੌਪ 'ਤੇ ਨੇ, ਮੈਂ ਨਾਂ ਨਹੀਂ ਕਿਸੇ ਦਾ ਲੈਣਾ ਚਾਹੁੰਦਾ। ਅਗਲੀ ਗੱਲ ਇਹ, ਆਪਾਂ ਆਪਣਾ ਇਕੱਲਾ ਇਹਦਾ ਵਿਚਾਰਾ ਕਲਾਕਾਰ ਆ, ਆਪਾਂ ਤਾਂ ਆਪਣੇ ਲੋਕਾਂ ਖਾਤਰ ਆਪਾਂ ਤਾਂ ਪਰਚੇ ਪਵਾਲੇ ਜੇਲ੍ਹਾਂ ਕੱਟ ਲਈਆਂ ਯਾਰ, ਕੀ ਮਕਸਦ ਆਪਣਾ? ਆਪਾਂ ਨੂੰ ਤਾਂ ਇਹ ਵੀ ਇਨਸਾਨੀਅਤ ਤੌਰ 'ਤੇ ਜਿੰਨੀ ਕੁ ਆਪਣੇ ਅੰਦਰ ਇਨਸਾਨੀਅਤ ਆ, ਜੋ ਆਪਾਂ ਕਰ ਸਕਦੇ ਹਾਂ ਉਹ ਖੜਨਾ ਚਾਹੀਦਾ। ਤੁਹਾਡੇ ਨਾਲ ਧੱਕਾ ਕਰ ਕੌਣ ਰਿਹਾ, ਕਿਸ ਤਰ੍ਹਾਂ ਦਾ ਧੱਕਾ ਤੁਹਾਡੇ ਨਾਲ ਹੋ ਰਿਹਾ? ਧੱਕਾ ਹਿੰਦੀ ਮੀਡੀਆ, ਮਤਲਬ ਹਿੰਦੀ ਫਿਲਮਾਂ ਨੂੰ ਸ਼ੋਜ਼ ਦਿੱਤੇ ਜਾ ਰਿਹਾ, ਉਹ ਹੁਣ ਧੱਕਾ ਦੇ ਜ਼ਿੰਮੇਵਾਰ ਵੀ ਪੰਜਾਬੀ ਆ ਮੋਸਟਲੀ, ਜਿੰਨੇ ਵੀ ਜਿਹਨਾਂ ਨੇ ਵੀ ਬੋਰਡਾਂ ਦੇ ਉੱਤੇ ਹਿੰਦੀ ਲਿਖੀ। ਸੌਰੀ ਮੈਂ ਗੱਲ ਕਰਦਾ, ਇੱਕ ਚੀਜ਼ ਇਸ ਨੂੰ ਵੀ ਨਹੀਂ ਸਮਝ ਆ ਰਹੀ ਮੈਨੂੰ, ਜਿੰਨਾ ਕੁ ਬਾਈ ਦਾ ਦੇਖੋ ਬਹੁਤ ਸਤਿਕਾਰ ਆ, ਇਹ 'ਚ ਕਲਾ ਬਹੁਤ ਆ, ਪਰ ਇਹ ਦੁਨੀਆਂ ਨੂੰ ਨਹੀਂ ਸਮਝ ਸਕਿਆ। ਜਿਹੜੇ ਅਸਲੀ ਜਿਹੜੇ ਜਨੂਨੀ ਕਲਾਕਾਰ ਹੁੰਦੇ ਨੇ ਨਾ, ਕਲਾਕਾਰ ਭੋਲਾ ਵੀ ਹੁੰਦਾ ਕਹਿੰਦੇ, ਜਿਹੜਾ ਅਸਲੀ ਕਲਾਕਾਰ ਹੁੰਦਾ, ਜਿਹੜਾ ਜਨੂਨੀ ਕਲਾਕਾਰ ਹੁੰਦਾ ਭੋਲਾ ਹੀ ਹੁੰਦਾ, ਇਸ ਕਲੀਅਰ ਗੱਲ ਆ ਜਿਹੜੀ ਕਿਤੇ ਸਿਰੇ ਤੋਂ ਨਜ਼ਰ ਆ ਰਹੀ ਹੈ। ਅਸਲ ਦੇ ਵਿੱਚ ਇਹਦੇ ਨਾਲ ਹਿੰਦੀ ਵਾਲਿਆਂ ਨਾਲ ਪੰਜਾਬੀ ਵਾਲੇ ਬਹੁਤ ਧੱਕਾ ਕਰ ਰਹੇ ਨੇ, ਜਿਨ੍ਹਾਂ ਨੂੰ ਇਹਦੀ ਸਪੋਰਟ ਕਰਨੀ ਚਾਹੀਦੀ ਇਹਦੀ ਕਲਾ ਦੀ, ਉਹ ਇਹਦੇ ਲੱਤਾਂ ਖਿੱਚਣ ਵਾਲੇ ਉਹੀ ਲੱਗੇ ਹੋਏ ਨੇ। ਤਾਂ ਉਹਨਾਂ ਨੂੰ ਪਤਾ ਹੋਵੇ ਵੀ ਇਹ ਆ ਕੇ ਰਾਜ ਕਰ ਸਕਦਾ। ਮੈਂ ਤੈਨੂੰ ਇਹਨੂੰ ਤਾਂ ਪਹਿਲਾਂ ਗੱਲ ਦੱਸਤੀ, ਮੈਨੂੰ ਪਹਿਲਾਂ ਪਤਾ ਵੀ ਇਹਦੀ ਕਲਾ ਨੂੰ ਤਾਂ ਪਹਿਲਾਂ ਚਰਾਈ ਬੈਠੇ ਨੇਗੇ, ਉਹ ਇਹਦੀ ਕਲਾ ਨੂੰ ਇੰਡਸਟਰੀ ਵਾਲੇ ਪਹਿਲਾਂ ਚਰਾਈ ਬੈਠੇ ਨੇਗੇ, ਉਹ ਕਿੱਥੇ ਦੀ ਸਪੋਰਟ ਕਰਨਗੇ?
ਤੁਸੀਂ ਬਾਈ ਜੀ ਇੱਕ ਨਾ ਤੁਸੀਂ ਸ਼ਾਇਦ ਜਿੰਨੇ ਵੀ ਇਹਦੇ ਦੇਖਦੇ ਹੋ ਨਾ ਪਲੇਟਫਾਰਮ ਪਿੱਛੋਂ ਜਾ ਕੇ ਫਰੋਲ ਕੇ ਦੇਖੋ, ਇਹਦੇ 'ਤੇ ਫੋਟੋਆਂ ਵੀ ਦਿਖਾਓ, ਜੋ ਫੋਟੋਆਂ ਵੀਡੀਓ ਕਲਿੱਪਾਂ ਇਹਨੇ ਤਿਆਰ ਕਰੀਆਂ ਨੇ ਕਿਸੇ ਨੇ ਤਿਆਰ ਨਹੀਂ ਕਰੀਆਂ। ਟ੍ਰੇਲਰ ਪਾਇਆ ਤੁਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ? ਨਹੀਂ ਵੀ ਅੱਜ ਦੋ ਗਾਣੇ ਆ ਚੁੱਕੇ ਜੀ, ਜਿਹੜਾ ਰਜ਼ਾਇਸ਼ਕ ਦਾ ਟ੍ਰੇਲਰ ਹੈਗਾ ਜੀ, ਮਤਲਬ ਅੱਠ ਨਹੀਂ ਮਤਲਬ ਸਾਨੂੰ ਯੂ ਤੁਸੀਂ ਇਹ ਦੇਖ ਲਓ, ਮੈਂ ਸੈਂਸਰ ਸਰਟੀਫਿਕੇਟ ਲੈਣ ਸੈਂਸਰ 'ਤੇ ਗਿਆ, ਉੱਥੇ ਪ੍ਰੋਡਿਊਸਰ ਚਾਹੀਦਾ ਹੁੰਦਾ ਅਤੇ ਮੇਰੇ ਕੋਲ ਕਾਰਡ ਹੈ ਪ੍ਰੋਡਿਊਸਰ ਐਸੋਸੀਏਸ਼ਨ ਜੋ ਵੀ ਇੱਥੇ ਦੇ ਬਣਦੇ, ਮਤਲਬ ਜੋ ਵੀ ਇਹਨਾਂ ਦਾ ਕ੍ਰਾਈਟੀਰੀਆ ਹੈ ਨਾ, ਤਾਂ ਅਸੀਂ ਯੂ ਏ ਅਪਲਾਈ ਕੀਤਾ ਸੀਗਾ ਕਿ ਉਹਦੇ 'ਚ ਇੱਕ ਰੇਪ ਮਤਲਬ ਅੰਡਰੇਜ ਰੇਪ ਸੀਨ ਆ ਬੇਸਿਕਲੀ, ਮਤਲਬ ਫਿਲਮਾਇਆ ਹੋਇਆ ਆ ਮੈਂ ਉਹ ਸਾਨੂੰ ਦੀ ਹਕੀਕਤ ਆ। ਹਾਂਜੀ ਹਾਂਜੀ, ਅਤੇ ਉਹ ਸੈਂਸਰ ਵਾਲੇ ਆਏ ਬਾਹਰ ਫਿਲਮ ਦੇਖ ਕੇ, ਉਹ ਹਿੰਦੀ ਵਾਲੇ ਸੀ ਕਿਉਂਕਿ ਉਹਨਾਂ ਦੇ ਨਾਲ ਇੱਕ ਪੰਜਾਬੀ ਵਾਲਾ ਮੀਡੀਅਮ ਵਾਲਾ ਹੁੰਦਾ ਹੈ ਕਿ ਉਹਨਾਂ ਨੂੰ ਸਮਝਾਉਣ ਵੀ ਇਹਦਾ ਮਤਲਬ ਕੀ ਹੁੰਦਾ, ਜਦੋਂ ਉੱਥੇ ਜੇ ਦੂਜੇ ਹਿੰਦੀ ਸਮਝਣ ਵਾਲੇ ਉਹਨਾਂ ਕੋਈ ਬੰਦਾ ਨਰੇਟਰ ਹੁੰਦਾ ਹੈ ਨਾਲ ਪੰਜਾਬੀ ਦਾ, ਉਹਨਾਂ ਨੇ ਵੀ ਮੈਨੂੰ ਕਿਹਾ ਤੇਰੀ ਫਿਲਮ ਬਹੁਤ ਸੋਹਣੀ ਆ, ਬਹੁਤ 10 ਸਾਲਾਂ ਬਾਅਦ ਅਸੀਂ ਇਹੋ ਜਿਹੀ ਕੋਈ ਫਿਲਮ ਦੇਖੀ ਆ ਜਿਹਦੇ ਵਿੱਚ ਕੁਝ ਵੀ ਨਹੀਂ ਸੀਗਾ ਸਾਨੂੰ ਕੱਟਣ ਵਾਲੇ। ਉਹਨਾਂ ਨੇ ਸਾਨੂੰ ਪਹਿਲਾ ਸਵਾਲ ਕੀਤਾ ਜਿਹੜਾ ਉੱਥੇ ਦਾ ਹੈੱਡ ਸੀਗਾ, ਕਹਿੰਦਾ ਤੁਸੀਂ ਯੂ ਏ ਅਪਲਾਈ ਕਿਉਂ ਕੀਤਾ? ਮੈਂ ਕਿਹਾ ਜੀ ਸਾਨੂੰ ਤਾਂ ਸਾਡੇ ਜਿਹੜਾ ਕੰਸਲਟੈਂਟ ਆ ਸਾਡਾ ਸੈਂਸਰ ਉਹਨੇ ਕਿਹਾ ਸੀਗਾ, ਕਹਿੰਦਾ ਅਸੀਂ ਤੁਹਾਨੂੰ ਯੂ ਦਿੰਦੇ ਹਾਂ ਸਰਟੀਫਿਕੇਟ। ਅੱਛਾ, ਮਤਲਬ ਉਹਨੇ ਸਾਨੂੰ ਕਿਹਾ, ਉਹਨੇ ਸਾਨੂੰ ਯੂ ਸਰਟੀਫਿਕੇਟ ਦਿੱਤਾ, ਤੁਹਾਨੂੰ ਯੂ ਆ, ਮਤਲਬ ਕੋਈ ਵੀ ਫੈਮਿਲੀ ਫਰੈਂਡ ਤੁਸੀਂ ਇਹਨੂੰ ਵਾਈਡਰ ਕਰੋ, ਇੰਨੀ ਸੋਹਣੀ ਫਿਲਮ ਨੂੰ ਤੁਸੀਂ ਕਿਵੇਂ ਲਿਮਿਟਡ ਕਰ ਸਕਦੇ ਆ ਬਾਈ? ਕਿਵੇਂ ਇੰਨੀ ਸੋਹਣੀ ਫਿਲਮ ਜਿਹਨੂੰ ਸਰਟੀਫਿਕੇਟ ਯੂ ਮਿਲ ਰਿਹਾ ਫਿਰ ਵੀ ਇਹ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ, ਰੋਕਿਆ ਜਾ ਰਿਹਾ? ਚਾ ਵੀ ਦੇਖ ਸਕਦਾ ਬਾਈ, ਬਹੁਤ ਗੱਲ ਗਲਤ ਆ। ਜਿਵੇਂ ਹਿੰਦੀ ਆਪਣੇ ਬੋਰਡਾਂ 'ਤੇ ਹਿੰਦੀ ਥੋਪੀ ਜਾ ਰਹੀ ਆ ਉੱਤੇ ਦਬਾਇਆ ਜਾ ਰਿਹਾ, ਉਵੇਂ ਇਹਦੀ ਫਿਲਮ ਨੂੰ ਦਬਾਇਆ ਜਾ ਰਿਹਾ ਹੈਗਾ ਹਿੰਦੀ ਸਿਨੇਮੇ ਵੱਲੋਂ ਵੀ। ਜਿਵੇਂ ਭਾਨੇ ਨੇ ਕਿਹਾ ਪੰਜਾਬੀ ਵਾਲੇ ਵੀ ਲੱਤਾਂ ਖਿੱਚ ਰਹੇ ਆ, ਜਿਵੇਂ ਲੀਡਰਾਂ 'ਚ ਮਾਫੀਆ ਚੱਲਦਾ ਯਾਰ ਉਵੇਂ ਇੱਥੇ ਚੱਲ ਰਿਹਾ ਸਿਨੇਮੇ 'ਚ, ਤਕੜੇ ਬੰਦੇ ਧੱਕਾ ਕਰਦੇ ਹੀ ਆ, ਪ੍ਰੋਡਿਊਸਰ ਡਾਇਰੈਕਟਰਾਂ ਨਾਲ ਰਲ ਕੇ ਸਾਰੇ ਬੰਦੇ ਨੂੰ ਇਹ ਲੱਗਿਆ ਰਹਿੰਦਾ ਵੀ ਨਵਾਂ ਨਾ ਬੰਦਾ ਕੋਈ ਉੱਠ ਖੜੇ। ਪਰ ਇੱਕ ਗੱਲ ਰੰਧਾਵੇ ਬਾਈ, ਇਹਨਾਂ ਦੀ ਫਿਲਮ ਤੋਂ ਜਿਨ੍ਹਾਂ ਨੇ ਪਾਸ ਕਰਨੀ ਆ ਉਹਨਾਂ ਨੇ ਤਾਂ ਕਮਾਈ ਕਰਨੀ ਹੈ ਨਾ ਥੀਏਟਰ ਵਾਲਿਆਂ ਨੇ, ਅਤੇ ਜਦੋਂ ਜਿਹੜੀ ਫਿਲਮ ਨੂੰ ਯੂ ਮਿਲ ਗਿਆ ਫਿਰ ਉਹਨਾਂ ਨਾਲ ਧੱਕਾ ਕਿਵੇਂ? ਉਹ ਤਾਂ ਸਗੋਂ ਵੈਲਕਮ ਕਰਨਗੇ ਵੀ ਹਾਂ ਸਾਨੂੰ ਤਾਂ ਕਮਾਈ ਦਾ ਸਾਧਨ ਮਿਲ ਗਿਆ, ਫਿਰ ਉਹ ਧੱਕਾ ਕਿਵੇਂ ਉਹ ਕਰੂ? ਉਹਨਾਂ ਨੂੰ ਨੁਕਸਾਨ ਕੀ ਹੋ ਰਿਹਾ ਇਸ ਚੀਜ਼ ਦਾ ਜਾਂ ਆਪਣੇ ਨੁਕਸਾਨ ਤੋਂ ਬਚਣ ਲਈ ਅਗਲਾ ਨਹੀਂ ਲੱਗਣ ਦਿੰਦਾ? ਬਾਈ ਜੀ ਆਉਣ ਵਾਲੀਆਂ ਗੱਲਾਂ ਤੋਂ ਡਰਦੇ ਆ ਵੀ ਇਹਦੇ 'ਚ ਕਲਾ ਵਾਲੀ ਆ ਮੁੰਡੇ 'ਚ, ਆਉਣ ਵਾਲੇ ਟਾਈਮ 'ਚ ਵੀ ਸਾਨੂੰ ਖੁੰਝੇ ਨਾ ਲਾ ਦੇ, ਉਹ ਗੱਲਾਂ ਨਹੀਂ ਸੋਚਦੇ ਜਿਹੜੇ ਬਿਜ਼ਨਸਮੈਨ ਹੁੰਦੇ ਉਹ ਅਗਲਾ ਭਵਿੱਖ ਦੇਖਦੇ ਹੁੰਦੇ ਆ, ਹੁਣ ਵਾਲਾ ਨਹੀਂ ਦੇਖਦੇ ਵੀ ਜੇ ਇਹਦੀ ਫਿਲਮ ਹਿੱਟ ਹੋ ਗਈ ਅਗਲੀ ਨੂੰ ਹੋਰ ਨੂੰ ਪੈਣਾ, ਇਹਨੇ ਮੁਕਾਬਲੇ ਨਾ ਖੜ ਜੇ ਲੱਭ ਦਈਏ ਇਹਨੂੰ। ਹਾਂ, ਮਤਲਬ ਥੀਏਟਰ ਵਾਲੇ ਨਹੀਂ ਰੋਕ ਰਹੇ, ਰੋਕ ਪਿੱਛੋਂ ਕੋਈ ਹੋਰ ਰਿਹਾ, ਇਹ ਕਹੀਏ ਫਿਰ? ਕੋਈ ਬੰਦਾ ਪਿੱਛੇ ਤੋਂ ਚਲਾਉਂਦਾ ਉਹੀ ਗੱਲ ਹੋ ਜਾਂਦੀ ਆ, ਹੋਣਗੇ ਥੀਏਟਰ ਵਾਲੇ ਵੀ ਪਰ ਥੀਏਟਰ ਵਾਲੇ ਨੂੰ ਕਹਿਣ ਕਹਿ ਕੌਣ ਰਿਹਾ ਹੈਗਾ? ਹੁਣ ਤੁਸੀਂ ਤੁਹਾਡੇ ਕੋਲ ਦੋਨਾਂ ਕੋਲ ਸੋਸ਼ਲ ਮੀਡੀਆ ਬਾਈ, ਹੁਣ ਜੇ ਕੋਈ ਰੋਕ ਰਿਹਾ, ਜਦੋਂ ਕੋਈ ਰੋਕਦਾ ਹੁੰਦਾ ਚੀਜ਼ ਨੂੰ ਤੁਸੀਂ ਖੜਦੇ ਹੋ ਜਾ ਕੇ ਇਮੀਗ੍ਰੇਸ਼ਨ ਵਾਲਿਆਂ ਨਾਲ ਖੜੇ ਹੋ ਜਾ ਕੇ, ਤਾਂ ਹੁਣ ਇਹਨਾਂ ਨਾਲ ਕਿਸ ਤਰ੍ਹਾਂ ਦਾ ਫਿਰ ਹਿਸਾਬ ਰਹੂਗਾ? ਮੈਂ ਤਾਂ ਦੇਖੋ ਆਪਣੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਦੇ ਪਹਿਲਾਂ ਹੀ ਬਾਜ ਬੁਲੰਦ ਕਰ ਚੁੱਕਿਆ, ਇਹਦੇ ਵਿੱਚ ਅਸਲ ਗੱਲ ਕਰਤਾ ਪਈ ਆ ਰੋਕਣ ਦਾ ਕਾਰਨ ਕੀ ਆ, ਉਹ ਕਹਿੰਦੇ ਇਹਦੇ ਵਿੱਚ ਕੀ ਆ, ਇਹਦੇ ਵਿੱਚ ਨਾ ਜਿਹੜਾ ਇੱਕ ਡਿਜੀਟਲ ਜਿਹੜਾ ਇਹ ਫਿਲਮਾਂ ਵਾਲਾ ਜਿਹੜਾ ਸਿਨੇਮੇ ਵਾਲਾ ਪ੍ਰੋਜੈਕਟ ਆ, ਉਹ ਜਿਹੜੇ ਸਿਨੇਮਿਆਂ ਦੇ ਨੇ ਉਹ ਕਹਿੰਦੇ ਨਾ ਵੀ ਤੁਸੀਂ ਸਾਨੂੰ ਇੰਨਾ ਪੈਸਾ ਦਿਓ, ਅਸੀਂ ਆਪਣੇ ਤਰੀਕੇ ਨਾਲ ਉਹ ਜਿਹੜਾ ਜਿਹੜੇ ਸਾਡੇ ਬੰਦੇ ਨੇ ਉਹ ਤੋਂ ਡਿਜੀਟਲੀ ਸਾਰਾ ਕੁਝ ਪੱਤਰਕਾਰ ਸਾਡੇ ਆਪਣੇ ਉਹ ਆਪਣੇ ਤਰੀਕੇ ਨਾਲ ਪ੍ਰਮੋਟ ਕਰਕੇ ਜਾ ਰਿਹਾ ਪੈਸਾ ਤੁਹਾਡੇ ਤੋਂ? ਅਤੇ ਉਹ ਕਹਿੰਦੇ ਹੈਗਾ ਕਿ ਸਾਡੇ ਮੀਡੀਆ ਦੇ ਹਿਸਾਬ ਨਾਲ ਚੱਲੋ, ਮਤਲਬ ਤੌਰ ਤਰੀਕੇ ਬਣੇ ਹੋਏ ਆ, ਮਤਲਬ ਇੱਕ ਲੂਪ ਆ ਉਹਦੇ ਵਿੱਚ ਘੁੰਮੋ ਤਾਂ ਅਸੀਂ ਤੁਹਾਨੂੰ ਸਰਟੀਫਿਕੇਸ਼ਨ ਦੇਵਾਂਗੇ, ਅਸੀਂ ਰੱਖਦੇ ਜਰਾ ਆਪਦੇ ਵਾਲੇ 'ਚ ਮੈਨੂੰ ਚੀਜ਼ਾਂ ਆਉਂਦੀਆਂ, ਕਈ ਚੀਜ਼ਾਂ ਮੈਨੂੰ ਆਪਣੇ ਪਿਆ, ਮੈਂ ਕਿਸਾਨ ਆ ਜੀ ਮੈਨੂੰ ਆਪਣੇ ਹੱਥੀਂ ਕੰਮ ਕਰਨ ਦਾ ਪਤਾ ਆ, ਉਹ ਕਹਿੰਦੇ ਨਹੀਂ ਤੁਸੀਂ ਘਰੇ ਬੈਠੋ ਅਸੀਂ ਤੁਹਾਨੂੰ ਬੁਲਾਵਾਂਗੇ। ਸੁਣੋ ਗੱਲ, ਹੁਣ ਇਹਦੇ ਵਿੱਚ ਗੱਲ ਕੀ ਆ, ਇਹਦੇ ਵਿੱਚ ਮੇਨ ਗੱਲ ਇਹ ਆ ਕਿ ਇਹ ਬੰਦੇ ਨੇ ਫਿਲਮ ਬਣਾਈ, ਇਹ ਬੰਦਾ ਆਪਣੇ ਆਪ ਨੂੰ ਕਲਾਕਾਰ ਸਾਬਤ ਕਰਨਾ ਚਾਹੁੰਦਾ, ਪਹਿਲਾਂ ਕਿਸੇ ਨੇ ਬਾਹ ਨਹੀਂ ਫੜੀ, ਹੁਣ ਜੇ ਉਹ ਮੈਦਾਨ ਦੇ ਵਿੱਚ ਆਇਆ ਤਾਂ ਉਹ ਕਹਿੰਦੇ ਇੰਨਾ ਪੈਸਾ ਲੈ ਕੇ ਉਹ ਲੈ ਕੇ ਆਓ। ਇਹਦੇ ਵਿੱਚ ਸਭ ਤੋਂ ਵੱਡਾ ਅੱਜ ਨਿਕਲ ਕੇ ਕੀ ਆਉਣਾ, ਜਿਵੇਂ ਤੁਸੀਂ ਅੱਜ ਸਾਡੀ ਆਹ ਪਲੇਟਫਾਰਮ 'ਤੇ ਗੱਲ ਚ ਰਹੇ ਹੋ, ਲੋਕ ਜਿਹੜੀ ਤਾਕਤ ਹੁੰਦੀ ਆ ਬਹੁਤ ਵੱਡੀ ਤਾਕਤ ਹੁੰਦੀ ਹੈ, ਲੋਕਾਂ ਸਾਹਮਣੇ ਜਦੋਂ ਗੱਲ ਜਾਊਗੀ ਬੰਦਾ ਕਰਨਾ ਕੀ ਚਾਹੁੰਦਾ ਇਹ ਕੀ ਹੁੰਦਾ, ਉਹ ਲੋਕਾਂ ਸਾਹਮਣੇ ਗੱਲ ਜਾਊ। ਜਦੋਂ ਵੀ ਮੈਂ ਫਿਲਮ ਦਾ ਲਾਉਣ ਦੀ ਗੱਲ ਕੀਤੀ ਨਾ, ਜਿਹੜੇ ਵੀ ਡਿਸਟ੍ਰੀਬਿਊਟਰ ਨਾ, ਉਹ ਮੈਨੂੰ ਇਹ ਸਵਾਲ ਕਰਦੇ ਆ ਕਿ ਤੇਰਾ ਪ੍ਰਮੋਸ਼ਨ ਦਾ ਬਜਟ ਕਿੰਨਾ ਆ? ਮੈਂ ਕਿਹਾ ਮੇਰਾ ਪ੍ਰਮੋਸ਼ਨ ਦਾ ਬਜਟ ਤੁਸੀਂ ਕਿਵੇਂ? ਕਹਿੰਦੇ ਇੱਕ ਅਮਾਊਂਟ ਦੱਸੋ, ਅਸੀਂ ਉਹਦੇ ਹਿਸਾਬ ਨਾਲ ਤੇਰੇ ਨਾਲ ਅੱਗੇ ਗੱਲ ਕਰਾਂਗੇ। ਮਤਲਬ ਹਰੇਕ ਬੰਦੇ ਨੇ ਜਿੰਨੇ ਵੀ ਡਿਸਟ੍ਰੀਬਿਊਟਰਸ ਨੇ ਨਾ,
ਵੱਡੇ ਫਰਮ, ਉਹਨਾਂ ਨੇ ਮੈਨੂੰ ਇਹ ਪੁੱਛਿਆ ਵੀ ਤੇਰਾ ਪ੍ਰਮੋਸ਼ਨਸ ਬਜਟ ਕਿੰਨਾ ਆ। ਮਾੜਾ ਬੰਦਾ ਕਲਾ ਲੈ ਕੇ ਘਰੇ ਬਹਿ ਜਾਵੇ ਫਿਰ ਅੱਗੇ ਨਾ ਆਵੇ ਕਦੇ। ਮੈਨੂੰ ਪ੍ਰਮੋਸ਼ਨ, ਹੁਣ ਮੈਨੂੰ ਪ੍ਰਮੋਸ਼ਨ ਆਪਣੇ ਢੰਗ ਨਾਲ ਕਰਨੀ ਆਉਂਦੀ ਆ, ਪ੍ਰਮੋਸ਼ਨ ਕਰਨੀ ਆ ਮੈਂ ਇਹਨਾਂ ਤੋਂ, ਇਹ ਵੀ ਪ੍ਰਮੋਸ਼ਨ ਮੇਰੀ ਫਿਲਮ ਦੀ ਪ੍ਰਮੋਸ਼ਨ ਕਰ ਦੱਸ ਰਹੇ ਨਾ ਲੋਕਾਂ ਨੂੰ, ਉਹ ਕਹਿੰਦੇ ਨਹੀਂ ਮਤਲਬ ਜਿਹੜਾ ਸਰਕਲ ਆ ਨਾ ਉਹਦੇ ਵਿੱਚ ਜਾਵੇ। ਉਹ ਮੈਨੂੰ ਸੱਚੀ ਸਾਰਿਆਂ ਨੇ ਪੁੱਛਿਆ ਕਿ ਤੇਰਾ ਬਜਟ ਕਿੰਨਾ, ਮੈਂ ਕਿਹਾ ਇਹ ਸਵਾਲ ਤਾਂ ਬੜਾ ਮਾੜਾ ਹੈ ਮੈਨੂੰ, ਸਾਰਿਆਂ ਨੂੰ ਭੋਰਾ ਭੋਰਾ ਆਵੇ। ਹਾਂ ਮਤਲਬ ਹਾਂ ਇਹੀ ਆ ਕਹਿ ਸਕਦੇ ਹਾਂ, ਕਹਿੰਦੇ ਅਸੀਂ ਆਪਣੇ ਬੰਦੇ ਨੂੰ ਕੰਮ ਦਈਏ ਆਪਣੇ ਤਰੀਕੇ ਨਾਲ ਪ੍ਰਮੋਟ ਕਰੀਏ, ਉਹ ਆ ਗੱਲ ਨਹੀਂ। ਪਹਿਲਾਂ ਮੈਨੂੰ ਕਹਿੰਦੇ ਸੀਗੇ ਤੇਰੀ ਫਿਲਮ ਆਰਟ ਫਿਲਮ ਆ, ਟ੍ਰੇਲਰ ਦੇਖ ਕੇ ਮੈਂ ਕਿਹਾ ਯਾਰ ਇਹ ਲਵ ਸਟੋਰੀ ਫਿਲਮ ਆ, ਇੱਕ ਲਵ ਸਟੋਰੀ ਆ ਉਹਦੇ 'ਚ ਆਰਟ ਊਟ, ਜ਼ਿੰਦਗੀ ਦੀ ਸੱਚਾਈ ਵੀ ਉਹਦੇ ਵਿੱਚ। ਹਾਂ ਜ਼ਿੰਦਗੀ ਦੀ ਸੱਚਾਈ, ਲਵ ਸਟੋਰੀ ਫਿਲਮ ਇੱਕ ਮਤਲਬ ਕਹਾਣੀ ਆ, ਉਹਨੂੰ ਮੈਂ ਐਜ਼ ਏ ਇੰਟਰਟੇਨਮੈਂਟ ਬੁਲਾਇਆ। ਮੈਂ ਕਿਹਾ ਜੇ ਤੁਸੀਂ ਮਤਲਬ ਵਿਦਾਊਟ ਆਰਟ ਫਿਲਮ ਕਿਵੇਂ ਹੋ ਸਕਦੀ ਆ, ਇੱਕ ਫੋਟੋ ਆ ਵਿਦਾਊਟ ਆਰਟ ਹੋ ਨਹੀਂ ਸਕਦੀ ਜੀ। ਕਲਾ ਤੋਂ ਬਿਨਾਂ ਇੱਕ ਚੀਜ਼ ਕਿੱਦਾਂ ਆ, ਸਾਰਾ ਕੁਛ ਕਲਾ ਹੀ ਆ ਨਾ, ਆਪਾਂ ਦੇਖਣ ਨੂੰ ਤਾਂ ਸਾਰਾ ਕੁਛ ਕਲਾ ਆ, ਕੁਦਰਤ ਦੀ ਕਲਾ ਆ, ਇੱਦਾਂ ਕਹਿੰਦੇ ਨੇ ਕੁਦਰਤ ਦੀ ਕਲਾ ਆ। ਫਿਰ ਕੁਦਰ ਮੈਂ ਕੁਦਰਤ ਦਾ ਤਾਂ ਮੈਂ ਵੀ ਕਲਾ ਥੋੜ੍ਹੀ ਜਿਹੀ ਕ੍ਰੀਏਟ ਕੀਤੀ ਹੋਈ ਆ, ਹੈ ਨਾ, ਉਹ ਕਲਾ ਕਹੀ ਜਾਂਦੇ। ਮੈਂ ਕਹਿੰਦੇ ਕਮਰਸ਼ੀਅਲ ਨਹੀਂ ਤੁਹਾਡੀ ਫਿਲਮ, ਮੈਂ ਕਮਰਸ਼ੀਅਲ ਕਿਹਨੂੰ ਆ, ਕਮਰਸ਼ੀਅਲ ਮੈਂ ਹੁਣ ਹਰੇਕ ਨੂੰ ਪੁੱਛਦਾ ਵੀ ਕਮਰਸ਼ੀਅਲ ਕੀ ਆ। ਮੈਨੂੰ ਐਂ ਲੱਗਦਾ ਵੀ ਜਿਹਦੇ ਵਿੱਚ ਤੁਹਾਡੇ ਰਿਸ਼ਤਿਆਂ ਨੂੰ ਤਾਰ ਤਾਰ ਕੀਤਾ ਜਾਂਦਾ ਨਾ, ਪੰਜਾਬੀ ਫਿਲਮਾਂ 'ਚ ਇੱਦਾਂ ਹੀ ਆ, ਉਹ ਕਮਰਸ਼ੀਅਲ ਆ। ਜਿਹਦੇ ਤੁਹਾਡੇ ਰਿਸ਼ਤੇ ਖਰਾਬ ਕਰ ਦਿਓ, ਧੀ ਭੈਣ ਦੇ ਰਿਸ਼ਤੇ ਖਰਾਬ ਕਰੀ ਜਾਂਦੇ ਆ, ਹੈ ਨਾ, ਸੱਸਾਂ ਨੋਹਾਂ ਦੇ ਰਿਸ਼ਤੇ ਖਰਾਬ ਕਰੀ ਜਾਂਦੇ ਆ, ਉਹਨਾਂ ਦੇ ਰਿਸ਼ਤੇ ਤਾਂ ਬਹੁਤ ਵਧੀਆ ਹੁੰਦੇ ਨੇ, ਇਹ ਦੱਸੀ ਜਾਂਦੇ ਐਵੇਂ ਆ, ਸਿਖਾਈ ਜਾ ਰਹੇ ਲੋਕਾਂ ਨੂੰ ਕਿ ਅਸੀਂ ਐਵੇਂ 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 ਜ਼ਿੰਦਗੀ ਜਿਉਂਦੇ, ਇਹ ਗਲਤ ਆ। ਬਾਈ ਹੁਣ ਜਿੱਦਾਂ ਕਦੇ ਵੀ ਧੱਕਾ ਹੁੰਦਾ ਫਿਰ ਗੱਲਬਾਤ ਨਾਲ ਵੀ ਹੋ ਜਾਂਦਾ ਹੱਲ, ਉਹਦਾ ਤੁਸੀਂ ਹੁਣ ਮੁੱਖ ਮੰਤਰੀ ਸਾਹਿਬ ਕੋਲ ਜਾਓਗੇ ਇਸ ਬਾਰੇ ਵੀ ਗੱਲ ਲੈ ਕੇ ਬਾਈ ਤੁਸੀਂ ਹੋਰ ਵੀ ਪ੍ਰਮੋਟ ਕੀਤੀਆਂ ਚੀਜ਼ਾਂ? ਜਿਹੜੇ ਸਾਡੀਆਂ ਗੱਲਾਂ ਨੇ ਮੁੱਖ ਮੰਤਰੀ ਤੱਕ ਤਾਂ ਇੱਥੋਂ ਬੋਲਣ ਤੱਕ ਹੀ ਪਹੁੰਚ ਜਾਂਦੇ ਨੇ, ਸਾਡੀਆਂ ਇੱਥੋਂ ਗੱਲਾਂ ਅਸੀਂ ਬੋਲਦੇ ਹਾਂ। ਮੁੱਖ ਮੰਤਰੀ ਦਾ ਇਹ ਦੇਖਦਾ ਵੀ ਅੱਜ ਕੀ ਬੋਲਿਆ, ਉਹ ਭਾਣੇ ਵਰਗੇ ਨੇ, ਸੱਚੀ ਗੱਲ ਆ, ਤੁਹਾਨੂੰ ਦੇਖਣੀ ਕਦੋਂ ਮਰਜ਼ੀ। ਅਗਲੀ ਗੱਲ ਜਿਹੜੀ ਫਿਲਮ ਦੀ ਗੱਲ ਕਰੀਏ, ਇਹ ਫਿਲਮ ਦੇ ਵਿੱਚ ਨਾ ਜ਼ਿੰਦਗੀ ਜਿਉਣ ਦੀ ਸਟੋਰੀ ਹੈ ਵੀ ਜ਼ਿੰਦਗੀ ਕਿਵੇਂ ਜਿਉਈ ਜਾ ਸਕਦੀ ਹੈ। ਨਹੀਂ ਅਸੀਂ ਜ਼ਿੰਦਗੀ ਦੇ ਤੋਂ ਹਰ ਟਾਈਮ ਦੁਖੀ ਰਹਿੰਦੇ ਹਾਂ, ਕੋਈ ਤੁਹਾਡੀ ਜ਼ਿੰਦਗੀ 'ਚ ਐਕਸੀਡੈਂਟ ਵਾਪਰ ਗਿਆ, ਕੋਈ ਹਾਦਸਾ ਵਾਪਰ ਗਿਆ, ਤਾਂ ਬੰਦੇ 'ਚ ਨਿਰਾਸ਼ਾ ਪੈਦਾ ਹੋ ਜਾਂਦੀ ਆ ਵੀ ਜਾਂ ਉਹ ਆਤਮ ਹੱਤਿਆ ਦਾ ਜਾਂ ਇਸ ਤਰ੍ਹਾਂ ਦੇ ਕੋਈ ਨਾ ਕੋਈ ਰਸਤੇ ਇਸ ਤਰ੍ਹਾਂ ਚੋਣ ਲੱਗਦਾ। ਮੰਟੋ, ਸਾਦਤ ਹਸਨ ਮੰਟੋ ਹੋਏ ਨੇ, ਉਹਨਾਂ ਦੀ ਕਹਾਣੀ ਆ, ਲਾਇਸੈਂਸ ਉਹਨੂੰ ਅਡੈਪਟ ਕੀਤਾ ਹੋਇਆ ਆਪਾਂ। ਹਾਂਜੀ, ਉਹ ਮਤਲਬ ਪੀਰੀਅਡ ਫਿਲਮ ਬਣਾਈ ਹੋਈ ਆ, ਕਿਉਂਕਿ ਉਸ ਕਹਾਣੀ ਮੰਗ ਉਹ ਸੀਗੀ, ਇੱਕ ਕੁੜੀ ਟਾਂਗਿਆ ਮੁੰਡਾ ਆ, ਉਹਨੂੰ ਕੁੜੀ ਟਾਂਗੇ ਵਾਲੀ ਨਾਲ ਪਿਆਰ ਹੋ ਜਾਂਦਾ, ਉਹਦਾ ਵਿਆਹ ਹੋ ਜਾਂਦਾ, ਉਹਦੇ ਘਰਦੇ ਉਹਨੂੰ ਮਰਵਾ ਦਿੰਦੇ ਮੁੰਡੇ ਨੂੰ, ਉਹ ਕੁੜੀ ਫਿਰ ਟਾਂਗਾ ਚਲਾਉਣ ਲੱਗ ਪੈਂਦੀ ਆ, ਅਤੇ ਫਿਰ ਉਹ ਉਦੋਂ ਟਾਂਗਾ ਚਲਾਉਣ ਦਾ ਲਾਇਸੈਂਸ ਲੈਣਾ ਪੈਂਦਾ ਸੀਗਾ। ਅੱਜ ਬਾਈ ਜਿਵੇਂ ਹੁਣ ਰੰਧਾਵੇ ਹੋਰੀ ਕਹਿੰਦੇ ਵੀ ਅਸੀਂ ਤੁਹਾਡੇ ਪਿੱਛੇ ਖੜੇ ਹਾਂ, ਚਲੋ ਵੈਸੇ ਤਾਂ ਤੁਹਾਨੂੰ ਪਿੱਛੇ ਨਹੀਂ ਅੱਗੇ ਖੜਨਾ ਚਾਹੀਦਾ ਇਹਨਾਂ ਦੇ। ਕੱਲ੍ਹ ਨੂੰ ਤੁਸੀਂ ਫੇਮਸ ਹੋ ਜਾਂਦੇ ਹੋ ਬਾਈ, ਬਹੁਤ ਤੁਹਾਡੇ, ਚਲੋ ਪਰਮਾਤਮਾ ਕਰੇ ਤੁਹਾਡੀਆਂ ਵਧੀਆ ਫਿਲਮਾਂ ਆਵੇ ਔਰ ਪੰਜਾਬ ਔਰ ਪੰਜਾਬੀ ਅਤੇ ਪਰਿਵਾਰਕ ਫਿਲਮਾਂ ਹੋਣ, ਤੁਸੀਂ ਬਹੁਤ ਮਸ਼ਹੂਰ ਹੋ ਜਾਂਦੇ ਹੋ, ਸਾਡੇ ਵਰਗਿਆਂ ਨੂੰ ਤਾਂ ਕੋਈ ਇੰਟਰਵਿਊ ਨਹੀਂ ਫਿਰ ਦਿੰਦਾ ਵੀ, ਐਵੇਂ ਤਾਂ ਨਹੀਂ ਹੋਊਗਾ ਵੀ ਹਰ ਫਾਰਮਰ ਅੱਜ ਜਿਵੇਂ ਹੈਗਾ ਆਪਾਂ ਕਹਿੰਦੇ ਹਾਂ। ਮੈਂ ਤੁਹਾਨੂੰ ਕਹਿੰਦਾ ਮੇਰੀਆਂ ਹਰੇਕ ਫਿਲਮਾਂ ਦਾ ਜਿਹੜਾ ਮੂਲ ਹੋਊਗਾ ਨਾ ਉਹ ਪੰਜਾਬੀ 'ਚ ਹੀ ਹੋਣਾ, ਅਣਥਾ ਬਾਅਦ 'ਚ ਕੀਤਾ ਜਾਊਗਾ, ਪਹਿਲਾਂ ਪੰਜਾਬੀ 'ਚ ਬਣੂਗੀ। ਨਹੀਂ ਬੋਲੀ ਬੋਲੀਵੁੱਡ 'ਚ ਕਰਨਾ ਨਹੀਂ, ਬੋਲੀਵੁੱਡ ਵੀ ਕਹਿੰਦਾ ਨਾ ਵੀ ਪੰਜਾਬੀਆਂ ਨੂੰ ਅਸੀਂ ਪ੍ਰਮੋਟ ਕਰਦੇ, ਜਿਹੜੇ ਪੰਜਾਬੀ ਕਰੈਕਟਰ ਫਿਰ ਬੋਲੀਵੁੱਡ 'ਚ ਘੁੰਮਦੇ ਆ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਅਰੇ ਉਹਨਾਂ ਨੂੰ ਮੈਂ ਮਨਾ ਕਰਦਾ ਫਿਰ, ਸਾਫ਼ ਸ਼ਬਦਾਂ 'ਚ ਮੈਨੂੰ ਮੋਸਟਲੀ ਫਿਲਮਾਂ ਦਸਤਾਰ ਵਾਲੀ ਲੁੱਕ 'ਚ ਆਉਂਦੀਆਂ ਜਿਸ 'ਚ ਮੈਂ ਸਿੱਖ ਕਰੈਕਟਰ 'ਚ ਆਓ ਸਾਡੇ ਕੋਲ, ਨਹੀਂ ਉਹ ਮੈਨੂੰ ਮੰਗਦੇ ਆ ਅਤੇ ਮੈਂ ਉਹਨਾਂ ਨੂੰ ਮਨਾ ਕਰਦਾ। ਮੈਂ ਕਿਹਾ ਜਿਹੜੇ ਸਰਦਾਰ ਮੈਂ ਬਣਾਉਣੇ ਆ ਉਹ ਤੁਹਾਡੇ ਵੱਸ ਦੇ ਨਹੀਂ ਹੈਗੇ, ਉਹ ਮੇਰੇ ਮੈਂ ਹੀ ਬਣਾਉਣੇ ਆ, ਜਿਹੜੇ ਮੈਂ ਬਣਾਉਣੇ ਆ ਜਦੋਂ ਆਊਗੇ ਤੁਸੀਂ ਦੇਖਿਓ। ਕਦੀ ਗੱਲ ਤੁਸੀਂ ਜੋਕਰ ਨਹੀਂ ਬਣਾਉਣੇ? ਨਹੀਂ ਨਹੀਂ ਉਹ ਨਹੀਂ, ਮੈਂ ਹਾਸੇ ਠੱਠੇ, ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜਾ ਸਰਦਾਰ ਆ ਨਾ ਦਾੜਾ ਪ੍ਰਕਾਸ਼ ਦਾੜਾ, ਅਤੇ ਜਦੋਂ ਪੱਗ ਬੰਨੀ ਆ ਜਦੋਂ ਉਹ ਹੱਸਦਾ ਹੈ ਕਿ ਉਹ ਗੁੱਸੇ 'ਚ ਆ, ਤੁਸੀਂ ਜੱਜ ਨਹੀਂ ਕਰ ਸਕਦੇ ਉਹਨੂੰ, ਸਰਦਾਰ ਬੰਦੇ ਨੂੰ ਤੁਸੀਂ ਦੱਸ ਨਹੀਂ ਸਕਦੇ ਉਹ ਕੀ ਆ, ਕਿਸ ਮਾਹੌਲ 'ਚ ਫਿਰਦਾ ਆ। ਮਤਲਬ ਮੈਨੂੰ ਇਹ ਲੱਗਦਾ ਮੈਂ ਉਹੋ ਜਿਹੇ ਸਰਦਾਰ ਬਣਾਂ। ਜਿਹੜੀ ਚੜ੍ਹਦੀ ਕਲਾ ਦੀ ਗੱਲ ਤੁਸੀਂ ਪਹਿਲਾਂ ਕੀਤੀ ਆ ਉਹੀ ਦਿਖਾਉਣਾ ਚਾਹੁੰਦੇ ਹੋ ਫਿਰ? ਹਾਂ ਬਿਲਕੁਲ ਬਿਲਕੁਲ, ਮੇਰੇ ਫਿਲਮਾਂ 'ਚ ਇੱਦਾਂ ਦੇ ਕਰੈਕਟਰ ਆ ਸਰਦਾਰਾਂ ਦੇ, ਆਹ ਨਹੀਂ ਹੈਗੇ ਨਹੀਂ ਨਹੀਂ ਮੂੰਹ ਦੇ ਉੱਤੇ ਅੱਜ ਤਾਂ ਕਿ ਮੂਹਰੇ ਹੀਰੋ ਜਾਂਦਾ ਪਿਆ ਆ ਅਤੇ ਪਿੱਛੇ ਸਿਗਟਾਂ, ਮੇਰੀ ਫਿਲਮਾਂ ਦੇ ਵਿੱਚ ਕਦੀ ਨਹੀਂ ਹੋਊਗਾ ਜੀ।
ਮਤਲਬ ਸਰਦਾਰ ਪਿੱਛੇ ਨਹੀਂ ਹੁਣ ਮੇਰੇ, ਮੈਂ ਜਦੋਂ ਵੀ ਫਿਲਮ ਸ਼ੂਟ ਕਰਦਾ ਨਾ ਮੈਂ ਬਰਾਬਰ ਖੜਾਉਣਾ, ਸਰਦਾਰ ਵੀ ਹੋਊਗਾ ਮਿਆਰ ਵੀ ਹੋਊਗਾ ਸਾਰਾ ਕੁਛ ਹੀ। ਹਾਂਜੀ ਸਰਦਾਰਾਂ ਤੋਂ ਵਾਹ ਵਾਹ ਖੱਟਣ ਲਈ ਆ ਬਾਈ, ਜਾਂ ਫਿਰ ਦਿਲੋਂ ਪਿਆਰ ਕਰਦੇ ਹੋ ਸਰਦਾਰ। ਪਿਆਰ ਦੀ ਤੈਨੂੰ ਗੱਲ ਦੱਸਾਂ, ਦੱਸੋ ਇੱਕ ਚੀਜ਼ ਹੋਰ ਭੁੱਲ ਗਿਆ, ਜਿਹੜੇ ਹਜ਼ੂਰ ਸਾਹਿਬ ਵਾਲੇ ਬਾਬਾ ਜੀ ਨੇਗੇ ਜਿਹੜੇ ਚੱਲ ਕੀ ਉਹਨਾਂ ਦਾ ਬਾਬਾ ਨਿਧਾਨ ਸਿੰਘ, ਇਹਨਾਂ ਦੇ ਦਾਦਾ ਪੜਦਾਦਾ ਸੰਦੇ ਨੇ ਪਰਿਵਾਰ ਦੇ ਵਿੱਚ ਉਹਨੇ ਸਿੱਖੀ ਇੰਨੀ ਇਹਨਾਂ ਦੇ ਘਰ ਕੁੱਲ ਵਿੱਚੋਂ, ਤੁਸੀਂ ਕੁੱਲ ਚੋਂ ਨੇ ਇਹ ਚੀਜ਼, ਮੈਂ ਜਿਹੜੀ ਸ਼ੁਰੂ ਤੋਂ ਮੇਨ ਗੱਲ ਇਹ ਦੱਸਣਾ ਚਾਹੁੰਦਾ ਸੀ, ਇਹ ਉਹਨਾਂ ਦੀ ਕੁੱਲ ਦੇ ਵਿੱਚੋਂ ਨੇਗੇ ਬਾਬਾ ਨਿਧਾਨ ਸਿੰਘ ਦੀ ਕੁੱਲ ਦੇ ਵਿੱਚ। ਤੇ ਅੱਜ ਕਮੈਂਟ ਆਉਣ ਲੱਗ ਜਾਣੇ ਸੱਚਮੁੱਚ, ਇਹ ਕਲਾਕਾਰ ਜਿਹਾ ਉਹ ਮੈਨੂੰ ਪਿੰਡ ਚੋਂ ਵੀ ਮਿਲ ਜਾਂਦੇ ਆ। ਜਿਹੜਾ ਤੁਸੀਂ ਕੋਈ ਪ੍ਰੋਜੈਕਟ ਆ ਰਿਹਾ ਤੁਹਾਡਾ? ਹਾਂਜੀ ਮੈਂ ਫਿਲਮ ਕਰ ਰਿਹਾ ਉਹਦੇ ਲਈ ਹੈ ਜੀ। ਹਾਂਜੀ ਮੈਂ ਹੁਣ ਕਿਵੇਂ ਕਰੋਗੇ, ਹੁਣ ਮੌਕਾ ਤਾਂ ਦੇ ਨਹੀਂ ਰਹੇ ਅਗਲੇ, ਤੁਸੀਂ ਇੱਥੇ ਰੌਲਾ ਪਾ ਕੇ ਹਟ ਜਾਓਗੇ? ਨਹੀਂ ਰੌਲਾ, ਦੇਖੋ ਸਭ ਤੋਂ ਵੱਡੀ ਤਾਕਤ ਕੀ ਹੈ, ਆਹ ਜਿਹੜਾ ਚੀਜ਼ ਚੱਲ ਰਹੀ ਹੈ ਨਾ ਇਹ ਸਭ ਤੋਂ ਵੱਡੀ ਤਾਕਤ ਹੈ, ਇਹਨੇ ਦੁਨੀਆਂ ਦੇ ਵੱਡੇ ਵੱਡੇ ਮਸਲੇ ਹੱਲ ਕਰਦੀ ਹੈ ਇਹ ਤਾਕਤ, ਜਿਹੜਾ ਤੁਹਾਡਾ ਪੱਤਰਕਾਰੀ ਚੈਨਲ ਹੈ, ਇੱਥੇ ਮਸਲਾ 100% ਹੱਲ ਹੋਊ, ਐ ਨਹੀਂ ਪਤਾ ਤੁਹਾਡੀ ਗੱਲ ਤੋਂ ਸੁਣਨ ਤੋਂ ਬਾਅਦ ਇਹਦੇ ਨਾਲ ਕੌਣ ਬੰਦਾ ਆਏ ਖੜਾ। ਇਹ ਅਪੀਲ ਹੈ ਕਿ ਚੇਤਾਵਨੀ ਅੱਜ? ਨਹੀਂ ਅਪੀਲ ਵੀ ਇਹ ਯਾਰ, ਅਪੀਲ ਵੀ ਆ ਅਸਲ ਦਾ, ਅਪੀਲ ਹੀ ਆ ਇਹਦੇ ਵਿੱਚ, ਕਿਉਂਕਿ ਇਹ ਚੇਤਾਵਨੀ ਨਾਲ ਤਾਂ ਕੋਈ ਗੱਲ ਹੀ ਨਹੀਂ ਹੈਗੀ, ਚੱਲ ਇਹਦੇ ਮਸਲੇ ਨਹੀਂ ਹੱਲ ਹੁੰਦੇ, ਵਿੱਚ ਚੇਤਾਵਨੀਆਂ ਵੀ ਜਾਰੀ ਕਰਨੀਆਂ ਪੈਂਦੀਆਂ। ਇਸ ਤਰ੍ਹਾਂ ਦੇ ਬੰਦਾ ਨਿਕਲ ਕੇ ਕੋਈ ਆਊਗਾ, ਪਤਾ ਨਹੀਂ ਇਹਦੇ ਨਾਲ ਕੌਣ ਆ ਕੇ ਬੰਦਾ ਖੜ ਜੇ, ਕੌਣ ਕਦੋਂ ਇਹਦੀ ਫਿਲਮ ਰਿਲੀਜ਼ ਹੋ ਜਾਵੇ, ਅੱਜ ਕੌਣ ਤੁਹਾਡੀ ਕਹੀ ਹੋਈ ਗੱਲ ਨੂੰ ਕਿਹੜਾ ਬੰਦਾ ਸੁਣ ਲੇ, ਇਹਦੇ 'ਚ ਰੱਬ ਵੱਸ ਜੇ। ਹਰਪ ਭਾਈ ਇੱਕ ਗੱਲ ਆ ਵੀ, ਜਿਸ ਤਰ੍ਹਾਂ ਤੁਹਾਡੀ ਚਲੋ ਸੁਣਦੇ ਨਹੀਂ, ਬਹੁਤ ਲੋਕ ਕਹਿੰਦੇ ਆ ਵੀ ਮੇਰੇ ਵਿੱਚ ਭਾਈ ਲਿੰਕ ਹੈਗੇ ਆ, ਤੂੰ ਮੈਨੂੰ ਫਿਲਮ 3 ਕਰੋੜ ਦੀ ਦੇ ਦੇ, 4 ਦੀ ਦੇ ਦੇ, ਰਾਈਟ ਵੀ ਤੁਹਾਡੇ, ਪਰ ਮੈਂ ਕਰਦਾ ਵੀ ਉੱਪਰਲੀ ਕਮਾਈ ਮੇਰੀ ਹੋਊਗੀ ਜਿੰਨੀ ਵੀ ਹੋਈ, ਫਿਰ ਇਸ ਤਰ੍ਹਾਂ ਹੋ ਸਕਦਾ ਜੀ? ਹਾਂਜੀ ਹੋ ਸਕਦਾ ਜੀ। ਅਸਲ 'ਚ ਮੈਂ ਉਸ ਕਰਕੇ ਨਹੀਂ ਕਰ ਰਿਹਾ ਜੀ, ਮੈਨੂੰ ਇਹ ਆ ਕਿ ਦੇਖੋ ਗਾਉਣ ਇੱਥੇ ਪੰਜਾਬ ਦੇ ਵਿੱਚ ਇੱਕ ਹੋਰ ਆ ਕਿ ਜਿਹੜੇ ਸਿੰਗਰ ਸੀ ਨਾ ਉਹਨਾਂ ਨੂੰ ਵੀ ਵੱਧ ਚੀਕ ਕੀਤਾ ਜਾਂਦਾ, ਮਾਣਤਾਣ ਉਹਦਾ ਵੱਧ ਕੀਤਾ ਜਾਂਦਾ, ਗਾਉਣ ਨੂੰ ਮੈਂ ਵੀ ਅੱਜ ਕਰ ਦੇਵਾਂ। ਮੈਂ ਬਹੁਤ ਕਲਾਕਾਰ ਵੇਖੇ ਆ ਜਿਹੜੇ ਵਿਚਾਰੇ ਜਿਹਨਾਂ ਨੂੰ ਕੰਮ ਨਹੀਂ ਮਿਲਦਾ, ਉਹ ਐਕਟਰ ਨੇ, ਮੈਂ ਵੀ ਐਕਟਰ ਹਾਂ, ਮੈਂ ਉਹ ਇੱਕ ਤੋੜਨੀ ਆ ਮਤਲਬ ਆਪਣੀ ਜੀ ਕਿ ਉਹ ਉਹਨਾਂ ਨੂੰ ਵੀ ਕੰਮ ਮਿਲੇ, ਉਹ ਵਿਚਾਰੇ ਅੱਗੇ ਆ ਸਕਦੇ, ਜ਼ਰੂਰੀ ਨਹੀਂ ਪੰਜਾਬ ਦੇ ਵਿੱਚ ਸਿੰਗਰਿਜ਼ਮ ਚੱਲਦਾ ਆ। ਮਤਲਬ ਟੱਕਰ ਤੁਹਾਡੀ ਵੀ ਸਿਸਟਮ ਨਾਲ ਇਹ ਆ, ਭਾਵੇਂ ਸਿਸਟਮ ਕਿਸੇ ਇੰਡਸਟਰੀ ਦਾ ਹੋਵੇ। ਮੈਂ ਕਿੱਤਾ ਮੇਰੀ ਕਿਰਤ ਇਹੀ ਆ ਜੀ, ਹੁਣ ਮੈਂ ਫਾਰਮਰ ਆ, ਮੈਂ ਹੁਣ ਫਿਲਮਾਂ 'ਚ ਆ, ਦੂਜੀ ਵੀ ਫਾਰਮਿੰਗ ਕਰਦਾ, ਬਟ ਮੇਰਾ ਆਹ ਵੀ ਇੱਕ ਖੇਤੀ ਆ, ਮਤਲਬ ਕਿਰਤ ਤਾਂ ਕਿਰਤੀ ਆ ਨਾ ਜੀ। ਤੁਹਾਡੀ ਅਪੀਲ ਕੀ ਆ ਬਾਈ? ਜਿਹੜਾ ਸਾਨੂੰ ਮਿਲ ਗਿਆ ਉਹਦੀ ਟੱਕਰੀ ਸਿਸਟਮ ਨਹੀਂ ਰਹਿਣੀ ਆ, ਤੈਨੂੰ ਦੱਸਣ ਜਿਹੜਾ ਆਪਣੇ ਕੋਲ ਪਹੁੰਚ ਗਿਆ, ਕਿਉਂਕਿ ਆਪਾਂ ਤਾਂ ਹਮੇਸ਼ਾ ਹੋਰ ਵੀ ਸਿਸਟਮ ਨਾਲ ਟੱਕਰ ਲੈਂਦੇ ਹਾਂ, ਇਹਨੂੰ ਵੀ ਨਾਲ ਦਵਾਈ ਦਿੱਤੀ ਫਿਲਮ ਮਾਫੀਆ ਨਾਲ। ਮੇਰੀ ਤਾਂ ਅਪੀਲ ਹੱਥ ਬੰਨ ਕੇ ਇਹੀ ਆ ਵੀ ਬਾਈ ਦੀ ਸਪੋਰਟ ਕਰੋ, ਕਿਉਂਕਿ ਬਾਈ ਦਾ ਜੇ ਤੁਸੀਂ ਅਕਾਊਂਟ ਚੈੱਕ ਕਰੋ, ਫੁੱਲਾਂ ਵਾਲਾ ਝੋਲਾ ਸਾਈਕਲ 'ਤੇ ਜਾਂਦਾ, ਜਾਂ ਦਿੱਲੀ ਕਿਸਾਨ ਅੰਦੋਲਨ 'ਚ ਬਾਈ ਦੀਆਂ ਫੋਟੋਆਂ ਵਾਇਰਲ ਹੋਈਆਂ, ਬਾਈ ਨੇ ਬਹੁਤ ਵੱਡੇ ਪੱਧਰ 'ਤੇ ਉਦੋਂ ਕਿਸਾਨ ਅੰਦੋਲਨ 'ਚ ਵੀ ਸਪੋਰਟ ਕਰੀ। ਜ਼ਿਆਦਾਤਰ ਜੇ ਵਰਲਡ 'ਚ ਕਿਸੇ ਨੇ ਟਵੀਟ ਕੀਤੇ ਤਾਂ ਬਾਈ ਦੀਆਂ ਫੋਟੋਆਂ ਵੀ ਉੱਥੇ ਤੱਕ ਪਹੁੰਚੀਆਂ ਵੀ ਅਸਲੀ ਕਿਸਾਨ ਦਾ ਚਿਹਰਾ ਇਹਨੇ ਬਾਈ ਨੇ ਦਿਖਾਇਆ ਹੈਗਾ। ਅੱਜ ਮੁੱਲ ਮੋੜਨ ਦਾ ਸਮਾਂ ਆ ਗਿਆ ਫਿਰ? ਹਾਂ, ਪੰਜਾਬੀਆਂ ਨੂੰ ਬੇਨਤੀ ਹੈ ਵੀ ਅੱਜ ਤਾਂ ਬਾਈ ਦਾ ਮੁੱਲ ਮੋੜ ਦਿਓ, ਕਿਉਂਕਿ ਵੱਡੇ ਮਾਗਰ ਮਾਸੋ ਨੇੜੇ ਤਾਂ ਲੱਗਣ ਨਹੀਂ ਦਿੰਦੇ, ਪਰ ਆਪਾਂ ਬਾਈ ਦੀ ਸਪੋਰਟ ਕਰਨੀ ਹੈ ਬਾਈ ਅੱਗੇ। ਸੋ ਬਿਲਕੁਲ ਇੱਕ ਸਪੋਰਟ ਦੇ ਲਈ ਅਪੀਲ ਕੀਤੀ ਹੈ, ਗੱਲਾਂ ਬਾਤਾਂ ਸਾਰੀਆਂ ਤੁਸੀਂ ਸੁਣ ਹੀ ਲਈਆਂ। ਹਰ ਫਾਰਮਰ ਵੱਖ ਵੱਖ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਉੱਥੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ। ਇਹਨਾਂ ਨੇ ਆਪਣੇ ਜੋ ਪ੍ਰੋਜੈਕਟ ਲੈ ਕੇ ਆ ਰਹੇ ਉਹਨਾਂ ਦੇ ਲਈ ਟ੍ਰੇਲਰ ਵੀ ਪਾਏ ਹੋਏ ਆ, ਕੁਝ ਸੌਂਗ ਵੀ ਪਾਏ ਹੋਏ ਆ, ਤੁਹਾਨੂੰ ਕੰਮ ਕਿਸ ਤਰ੍ਹਾਂ ਦਾ ਲੱਗਿਆ ਉਹ ਆਪਣੀਆਂ ਟਿੱਪਣੀਆਂ ਇਸ ਇੰਟਰਵਿਊ ਦੇ ਕਮੈਂਟ ਬਾਕਸ ਦੇ ਵਿੱਚ ਵੀ ਜ਼ਰੂਰ ਦੱਸਿਓ, ਅਤੇ ਜੇਕਰ ਤੁਹਾਨੂੰ ਚੰਗਾ ਲੱਗੇ ਆਪਣੇ ਮਨ ਦੇ ਨਾਲ ਜ਼ਰੂਰ ਇਸ ਵੀਰ ਦੀ ਸਪੋਰਟ ਕਰਿਓ, ਜਿਸ ਨੂੰ ਕਿ ਜਿਸ ਦੀ ਮਿਹਨਤ ਨੂੰ ਅੱਗੇ ਆਉਣ ਤੋਂ ਰੋਕਿਆ ਜਾ ਰਿਹਾ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।